ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਤੁਮਰੀ ਮਹਿਮਾ ਤੁਮਰੀ ਮਹਿਮਾ ਬਰਨਾ ਸਾਕੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਨਾਨਕ ਚਾਏ ਹੋ ਨਾਨਕ ਚਾਓ ਇਹੋ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਦਾ, ਵਖਤੇ ਉਬਰ ਲੜ ਮਰੇ ਵਖਤੇ ਉਬਰ ਲੜ ਮਰੇ ਵਖਤੇ ਉਬਰ ਲੜ ਮਰੇ ਵਖਤੇ ਉਬਰ ਲੜ ਮਰੇ।
सती होना
ਤਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰ ਤਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰ ਤਨ ਜੀਓ ਤੇ ਕੋ ਜਗ ਮੈਂ
ਨਨਿਤ ਰਹੇ ਜਸ ਨਾਵ ਚੜੈ ਪਵ ਸਾਗਰ ਤਾਰੈ ਹਰ ਚਿੱਤ ਮੈਂ ਦੁੱਧ ਵਿਚਾਰੈ।
ਸਜਣਾ ਮਿਲ ਹਰ ਜਸ ਗਾਏ ਕੋਟ ਜਨਮ ਕੇ ਦੁਖ ਬਲਾਏ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਲਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਰ ਪਾਏ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵ ਸੁਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਜੰਗ ਆਈਆ ਬੁਰਿਆਈਆ ਵਚ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਬਸਕਤ ਕਾਲ ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤਾ ਆ ਰਿਹਾ ਹੈ ਚੇਤਾ ਮਨ ਨੂੰ ਸਤਾ ਰਿਹਾ ਹੈ ਤੜਫਾ ਰਿਹਾ ਹੈ ਜੂਨ 1984 ਐਕਸ਼ਨ ਬਲਿਊ ਸਟਾਰ ਤੀਸਰਾ ਘੱਲੂਘਾਰਾ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਾਵਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਤਤਕਾਲੀ ਸਰਕਾਰ ਦਾ ਅਤੇ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੁਆਰਾ ਚੋਣਵੇਂ ਮੁੱਠੀ ਭਰ ਸਿੰਘਾਂ ਦੇ ਨਾਲ ਬਹਾਦਰੀ ਨਾਲ ਟਾਕਰਾ ਕਰਦਿਆਂ ਸ਼ਹਾਦਤ ਦੇਣੀ ਮਸੂਮ ਬੱਚੇ ਲੁਕਾਈ ਦਾ ਅਤਿਆਚਾਰ ਦਾ ਸ਼ਿਕਾਰ ਹੋਣਾ ਉਸ ਸਮਾਂ ਚੇਤੇ ਆ ਰਿਹਾ ਠੀਕ 35 ਸਾਲ ਬੀਤ ਗਏ ਇਸ ਸਮੇਂ ਨੂੰ ਪਰ ਹਰ ਸਿੱਖ ਸਿੱਖੜੀ ਦਾ ਦਿਲ ਬਲੁੰਦਰਿਆ ਪਿਆ ਏ 35 ਸਾਲਾਂ ਬਾਅਦ ਵੀ ਅੱਜ ਫਿਰ ਉਹ ਦਿਨ ਮਨਾਇਆ ਜਾ ਰਿਹਾ ਅਪ੍ਰੈਲ ਮਈ ਦੇ ਮਹੀਨੇ ਦਮਦਮੀ ਟਕਸਾਲ ਦੇ ਵਰਤਮਾਨ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਅਗਵਾਈ ਹੇਠ ਇਸ ਦਿਨ ਇਸ ਜੂਨ ਦੇ ਪਹਿਲੇ ਹਫਤੇ ਨੂੰ ਮਨਾਉਂਦਿਆਂ ਚੇਤੇ ਕਰਦਿਆਂ ਇਹਨਾਂ ਯਾਦਾਂ ਦੇ ਉੱਪਰ ਮਰਮ ਲਾਉਂਦਿਆਂ ਇਹ ਸ਼ਹੀਦੀ ਦੀਵਾਨ ਸਜਾਇਆ ਜਾ ਰਿਹਾ ਤੁਹਾਡੀ ਬੇਨਤੀ 'ਤੇ ਤੁਹਾਡੇ ਕਹਿਣ 'ਤੇ ਮਹਾਂਪੁਰਖਾਂ ਨੇ ਆਪਣੇ ਫਰਜ਼ ਸੁਨਾਸ਼ ਹੁੰਦਿਆਂ ਹੋਇਆਂ ਦਰਸ਼ਨ ਦਦਾ ਦਿੱਤੇ ਨੇ ਇੱਥੇ ਪੁੱਜੇ ਨੇ ਆਏ ਨੇ 6 ਜੂਨ 5 ਜੂਨ 4 ਜੂਨ 3 ਜੂਨ 2 ਜੂਨ 1 ਜੂਨ ਨੂੰ ਇਹ ਸਭ ਦਿਨ ਮਨਾਏ ਜਾਣੇ ਨੇ ਸ਼ਹਾਦਤਾਂ ਵਾਲੇ ਦਿਨ ਆਵੋ ਮਹਾਂਪੁਰਖਾਂ ਦਾ ਸਤਿਕਾਰ ਕਰੀਏ ਸਾਰੀ ਸੰਗਤ ਵੱਲੋਂ ਉਹਨਾਂ ਨੂੰ ਇੱਥੇ ਪੁੱਜਣ 'ਤੇ ਅਭਿਨੰਦਨ ਹੈ ਸਤਿਕਾਰ ਹੈ ਸ਼ਰਧਾ ਸਹਿਤ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਮਹਾਂਪੁਰਖੋ ਜੀਆਂ ਨੂੰ ਧੰਨ ਤੁਸੀਂ ਹੋ ਵਾਹਿਗੁਰੂ ਕਿਰਪਾ ਕਰੇ ਕੌਮ ਦੀ ਅਗਵਾਈ ਪੇ ਕਰਦੇ ਹੋ ਸਾਨੂੰ ਅੱਜ ਆਪਣੀ ਪਾਵਨ ਰਸਨਾ ਤੋਂ ਗੁਰਤਿਆਰ ਸਰਵਣ ਕਰਾ ਕੇ ਉਹਨਾਂ ਸ਼ਹੀਦਾਂ ਦੀ ਯਾਦ ਲਾ ਕੇ ਫਿਰ ਇਸ ਸਮੇਂ ਦੇ ਵਿੱਚ ਜੋ ਹੈ ਸਮਾਂ ਡਿਊਟੀ ਉਹ ਅਦਾ ਕਰਨ ਦੀ ਕਿਰਪਾ ਕਰੋ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਾਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ
ਕੰਦਨ ਅਮਰ ਦਾਸ ਗੁਰ ਹਿਰਦਾਉ ਗੁਰ ਹਿਰਦਾਉ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਪੂਨ ਪੂਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਲਾ ਸਿੱਖ ਮਿਹਰਾ ਔਰ ਸਣੇ ਨਿਹਾਲੂ ਰਹਿ ਗਿਰ ਠੌਰ ਕਾਲਾ ਸਿੱਖ ਮਿਹਰਾ ਔਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ
ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਖੱਬੇ ਰਾਜਪੂਤਾਂ ਦੀ ਸਮੁੱਚੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਉਹ ਘੱਲੂਘਾਰਾ ਜਦੋਂ ਉਹ ਸਮੇਂ ਦੀ ਜ਼ਾਲਮ ਅਤੇ ਨਿਰਦਈ ਹਕੂਮਤ ਨੇ ਬੜੀ ਬੇਰਹਿਮੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ। ਉਸ ਹਮਲੇ ਦੌਰਾਨ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਦਾ ਅਤੇ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਤੋਪਾਂ ਦੇ ਗੋਲਿਆਂ ਨਾਲ ਢਹਿ ਢਹਿਰੀ ਕਰ ਦਿੱਤਾ ਗਿਆ। ਅਣਗਿਣਤ ਸੰਗਤਾਂ ਜਿਨ੍ਹਾਂ ਵਿੱਚ ਬਜ਼ੁਰਗ ਮਾਤਾਵਾਂ ਨੌਜਵਾਨ ਭਚੰਗੀ ਸਿੰਘ ਸਨ ਉਹਨਾਂ ਨੂੰ ਵੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ। ਉੱਥੇ ਉਸ ਹਮਲੇ ਦਾ ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਲਗੀਧਰ ਜੀ ਦੇ ਬਚਨਾਂ ਉੱਤੇ ਅਟੱਲ ਪਹਿਰਾ ਦਿੰਦਿਆਂ ਹੋਇਆਂ ਦਮਦਮੇ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਅਤੇ ਉਹਨਾਂ ਦੀ ਅਗਵਾਈ ਹੇਠ ਸਿੰਘਾਂ ਨੇ ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਆਪਣੇ ਗੁਰਧਾਮਾਂ ਦੀ ਜਿੰਦ ਜਾਨ ਲੇਖੇ ਲਾਉਣ ਤੱਕ ਰੱਖਿਆ ਕਰਦਿਆਂ ਹੋਇਆਂ ਮਹਾਨ ਸ਼ਹੀਦੀਆਂ ਦਿੱਤੀਆਂ। ਆਪਾਂ ਸੰਗਤ ਜੀ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹੋਏ ਹਾਂ। ਐਸੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਸ ਸਦੀ ਦੇ ਅੰਦਰ ਸਿੱਖ ਪੰਥ ਦੇ ਅੰਦਰ ਆਪਣੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਨਾਲ ਇੱਕ ਐਸਾ ਜਜ਼ਬਾ ਪੈਦਾ ਕਰ ਦਿੱਤਾ ਕਿ ਸਮੁੱਚੀ ਦੁਨੀਆ ਵਿੱਚ ਵੱਸਦਾ ਹਰ ਸਿੱਖ ਇਸ ਹਮਲੇ ਦੇ ਨਾਲ ਜਿੱਥੇ ਤੜਪ ਵੀ ਉੱਠਿਆ ਉੱਥੇ ਸਿੱਖ ਕੌਮ ਨੂੰ ਇੱਕ ਇਤਿਹਾਸਕ ਮਾਣ ਪ੍ਰਾਪਤ ਹੋਇਆ ਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਪੰਥ ਹੈ, ਇਸ ਪੰਥ ਵਿੱਚ ਗੁਰੂ ਦੀ ਕਲਾ ਕਿਵੇਂ ਵਰਤਦੀ ਹੈ ਔਰ ਇੱਕ ਇੱਕ ਸਿੰਘ ਜੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਵਾ ਸਵਾ ਲੱਖ ਵੈਰੀਆਂ ਨਾਲ ਜੂਝ ਕੇ ਸ਼ਹੀਦੀਆਂ ਦਿੰਦਾ ਹੈ ਤਾਂ 20ਵੀਂ ਸਦੀ ਦੇ ਅੰਦਰ ਵੀ ਐਸੇ ਗੁਰੂ ਕੇ ਲਾਲ ਸਨ ਜਿਨ੍ਹਾਂ ਨੇ ਲੱਖਾਂ ਫੌਜ ਦਾ ਟਾਕਰਾ ਕੀਤਾ ਔਰ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਮੇਂ ਦੀ ਜ਼ਾਲਮ ਹਕੂਮਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਨਿਰਭੈਤਾ ਦੇ ਨਾਲ ਮਹਾਨ ਕੁਰਬਾਨੀਆਂ ਦੇਣਾ ਕੀਤੀਆਂ ਹਨ। ਆਓ ਸੰਗਤ ਜੀ, ਆਪਾਂ ਜਿੱਥੇ ਸ਼ਹੀਦਾਂ ਦੀ ਯਾਦ ਨੂੰ ਮਨਾ ਰਹੇ ਹਾਂ
ਉੱਥੇ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਨਗਰਾਂ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਦੀ ਸ਼ਹੀਦੀ ਲੜੀ ਚੱਲ ਰਹੀ ਹੈ, ਜਿਸ ਵਿੱਚ ਵੱਖ ਵੱਖ ਨਗਰਾਂ ਵਿੱਚ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਹੀਦੀ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਰਹੀਆਂ ਹਨ। ਔਰ ਇਸ ਨਗਰ ਵਿੱਚ ਵੀ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਵਾਲੇ ਦਿਨ ਉਚੇਚੇ ਤੌਰ 'ਤੇ ਗੁਰਮਤਿ ਸਮਾਗਮ ਰੱਖਿਆ ਜਾਂਦਾ ਹੈ, ਜਿਸ ਵਿੱਚ ਸਾਰਾ ਨਗਰ ਇਕੱਤਰ ਹੋ ਕੇ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸਰਵਣ ਕਰਦੇ ਹਨ। ਕੀਰਤਨ ਔਰ ਕਥਾ, ਗੁਰਮਤਿ ਦੀਆਂ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਵਾਈਆਂ ਜਾਂਦੀਆਂ ਹਨ। ਇਸ ਗੁਰੂ ਘਰ ਦੀ ਅਤੇ ਸੰਗਤ ਦੀ ਇਹ ਭਾਰੀ ਸਾਧ ਸੰਗਤ ਦੀ ਮਿਹਨਤ ਹੈ, ਉੱਦਮ ਹੈ, ਉਪਰਾਲਾ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਿੱਥੇ ਪਿਛਲੇ ਸਮੇਂ ਜਥੇਬੰਦੀ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਇੱਥੇ ਸੱਦ ਸੱਦ ਕੇ ਗੁਰਬਾਣੀ ਦੀ ਸੰਥਿਆ ਕਰਾਈ, ਉੱਥੇ ਹੁਣ ਵੀ ਜਥੇ ਦੇ ਸਿੰਘ ਆ ਕੇ ਬੱਚਿਆਂ ਨੂੰ ਕੀਰਤਨ ਦੀ ਵਿੱਦਿਆ ਦੇਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਨਗਰ ਦੇ ਬੱਚੇ ਬੱਚੀਆਂ ਜਿੱਥੇ ਗੁਰਬਾਣੀ ਦੀ ਸੰਥਿਆ ਕਰ ਰਹੇ ਹੈ, ਉੱਥੇ ਨਾਲ ਨਾਲ ਕੀਰਤਨ ਦੀ ਦਾਤ ਵੀ ਪ੍ਰਾਪਤ ਕਰ ਰਹੇ ਹਨ। ਸਾਧ ਸੰਗਤ ਜੀ, ਐਸਾ ਉਪਰਾਲਾ ਦੁਨੀਆ ਭਰ ਵਿੱਚ ਹਰ ਸਿੱਖ ਨੂੰ ਅਤੇ ਸੰਗਤਾਂ ਨੂੰ ਕਰਨਾ ਬੜਾ ਜ਼ਰੂਰੀ ਹੈ। ਅਸੀਂ ਆਪਣੀਆਂ ਪੀੜ੍ਹੀਆਂ ਨੂੰ, ਆਉਣ ਵਾਲੀਆਂ ਨਸਲਾਂ ਨੂੰ, ਆਉਣ ਵਾਲੀ ਆਪਣੀ ਵੰਸ਼ ਨੂੰ ਕਹਿ ਲਓ, ਤਾਂ ਹੀ ਅਸੀਂ ਸਿੱਖੀ ਨਾਲ ਜੋੜ ਕੇ ਰੱਖ ਸਕਾਂਗੇ। ਜੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਨ ਵਿੱਚ ਵਿਸ਼ੇਸ਼ ਇਹੋ ਜਿਹੇ ਉਪਰਾਲੇ ਕਰਾਂਗੇ, ਜਦੋਂ ਬੱਚੇ ਨੂੰ ਸੁਰਤ ਆ ਜਾਏ ਉਦੋਂ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੀ, ਗੁਰਮੁਖੀ ਪੜ੍ਹਾਉਣੀ, ਕੀਰਤਨ ਦੀ ਦਾਤ, ਗੁਰਮਤਿ ਦੀ ਕਥਾ ਔਰ ਗੁਰਮਤਿ ਦੇ ਪ੍ਰਚਾਰ ਦੀ ਦਾਤ, ਸੇਵਾ ਕਰਨ ਦਾ ਜਾਚ ਢੰਗ ਤਰੀਕਾ, ਸੰਗਤ ਦੀ ਮਾਣ ਮਰਿਆਦਾ, ਗੁਰੂ ਘਰ ਦੀ ਮਾਣ ਮਰਿਆਦਾ, ਇਹ ਸਾਰਾ ਕੁਝ ਆਪਾਂ ਆਪਣੇ ਬੱਚਿਆਂ ਨੂੰ ਸਹਿਜੇ ਸਹਿਜੇ ਸਿਖਾਵਾਂਗੇ ਤਾਂ ਉਹ ਵੱਡੇ ਹੋ ਕੇ ਸਿੱਖੀ ਵਿੱਚ ਪਰਪੱਕ ਰਹਿਣਗੇ ਔਰ ਅੱਗੇ ਤੋਂ ਅੱਗੇ ਉਹ ਸਿੱਖ ਪੰਥ ਲਈ ਆਪਣੀਆਂ ਸੇਵਾਵਾਂ ਕਰਨ ਵਾਸਤੇ ਹਮੇਸ਼ਾ ਤਤਪਰ ਰਹਿਣਗੇ। ਭਾਵੇਂ ਕਿ ਸਿੱਖਾਂ ਨੇ ਪਿਛਲੇ ਸਮੇਂ ਤੋਂ ਬੜਾ ਭਾਰੀ ਅਵੇਸਲਾਪਣ ਦਿਖਾਇਆ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਬੜੀ ਦੂਰ ਚਲੀ ਗਈ, ਪਰ ਹੁਣ ਅਸੀਂ ਸੁੱਤੇ ਜਾਗੇ ਹਾਂ। ਨਗਰਾਂ ਵਿੱਚ ਵੀ, ਬਾਹਰਲੇ ਮੁਲਕਾਂ ਵਿੱਚ ਵੀ ਇਸ ਗੱਲ ਲਈ ਸਿੱਖ ਬੜੇ ਚਿੰਤਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਕਿਵੇਂ ਜੋੜ ਕੇ ਰੱਖੀਏ। ਉਸ ਲਈ ਉਪਰਾਲੇ ਗੁਰਸਿੱਖ ਸੰਗਤਾਂ ਆਪਣੇ ਵੱਲੋਂ ਕਰ ਰਹੀਆਂ ਹਨ ਔਰ ਹੋਰ ਵੀ ਆਪਾਂ ਨੂੰ ਐਸੇ ਉਪਰਾਲੇ ਕਰਨ ਦੀ ਲੋੜ ਹੈ, ਕਿਉਂਕਿ ਇਹ ਪੂਰਨੇ ਸਤਿਗੁਰੂ ਜੀ ਨੇ ਪਾਏ ਹੈ। ਧੰਨ ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਪਹਿਲਾਂ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰਮਤਿ ਦਾ ਸਕੂਲ ਖੋਲ੍ਹਿਆ, ਜਿਸ ਵਿੱਚ ਗੁਰਦੁਆਰਾ ਮੱਲ ਅਖਾੜਾ ਸਾਹਿਬ ਅਸਥਾਨ 'ਤੇ ਮਹਾਰਾਜ
ਬੱਚਿਆਂ ਨੂੰ ਆਪਣੇ ਪਾਸ ਸਾਰੇ ਨਗਰ ਦੇ ਬੱਚਿਆਂ ਨੂੰ ਬੁਲਾਉਂਦੇ, ਉਹਨਾਂ ਨੂੰ ਪਾਸ ਬਿਠਾ ਕੇ ਗੁਰਮੁਖੀ ਵਿੱਦਿਆ ਪੜ੍ਹਾਉਂਦੇ। ਗੁਰਮੁਖੀ ਵਿੱਦਿਆ ਜੋ ਜਿਸ ਨੂੰ ਅੱਜ ਪੰਜਾਬੀ ਕਿਹਾ ਜਾਂਦਾ ਹੈ, ਪੰਜਾਬੀ ਨੂੰ ਤਾਂ ਕਿਹਾ ਜਾਂਦਾ ਹੈ, ਪੰਜ ਨਾਮ ਪੰਜ ਦਾ, ਆਮ ਨਾਮ ਪਾਣੀ ਦਾ, ਪੰਜ ਦਰਿਆਵਾਂ ਦੀ ਧਰਤੀ ਦੀ ਇਹ ਬੋਲੀ ਹੈ। ਵੈਸੇ ਪੁਰਾਤਨ ਸਿੰਘ ਇਸ ਨੂੰ ਗੁਰਮੁਖੀ ਸ਼ਬਦ ਨਾਲ ਬੋਲ ਕੇ ਆਪਣੇ ਮੁੱਖ ਤੋਂ ਸਤਿਕਾਰ ਦਿਆ ਕਰਦੇ ਸਨ ਕਿ ਗੁਰੂ ਕੇ ਮੁੱਖ ਤੋਂ ਇਸ ਗੁਰਮੁਖੀ ਭਾਸ਼ਾ ਦੀ ਸਾਧ ਸੰਗਤ ਦੀ ਜੋ ਪੈਂਤੀ ਆ ਉਹ ਉਚਾਰਨ ਹੋਈ ਹੈ। ਪੱਟੀ ਸਤਿਗੁਰਾਂ ਦੀ ਲਿਖੀ ਹੋਈ ਆਸਾ ਰਾਗ ਦੇ ਵਿੱਚ ਅੱਜ ਵੀ ਅਸੀਂ ਉਸ ਪੱਟੀ ਤੋਂ ਗੁਰਮੁਖੀ ਅੱਖਰਾਂ ਦੀ ਬਣਤਰ ਦਾ ਗਿਆਨ ਹਾਸਲ ਕਰਦੇ ਹਾਂ। ਔਰ ਗੁਰਮੁਖੀ ਦੀ ਲਿਪੀ ਅਤੇ ਮੁਹਾਰ ਨੇ ਇਹ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਇਸ ਨੂੰ ਲਿਖਤੀ ਜਾਮਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਨਾਇਆ, ਔਰ ਖਡੂਰ ਸਾਹਿਬ ਮਹਾਰਾਜ ਉਹ ਗੁਰਮੁਖੀ ਦੇ ਅੱਖਰਾਂ ਦੀ ਘਾੜਤ ਘੜ ਕੇ 35 ਸੱਖਰੀ ਬੱਚਿਆਂ ਨੂੰ ਊੜਾ ਏੜਾ ਏੜੀ ਸੱਸਾ ਹਾਹਾ ਇਹ ਸਾਰਾ ਲਿਖ ਕੇ ਬੱਚਿਆਂ ਨੂੰ ਸਤਿਗੁਰੂ ਜੀ ਗੁਰਮੁਖੀ ਦੇ ਅੱਖਰ ਆਪਣੇ ਮੁਖਾਰ ਬਿੰਦ ਤੋਂ ਬੈਠ ਕੇ ਬੱਚਿਆਂ ਦੇ ਵਿਚਕਾਰ ਆਪ ਪੜ੍ਹਾਉਂਦੇ ਰਹੇ ਆ। ਇੰਨਾ ਪਰਉਪਕਾਰ ਦੂਜੇ ਸਤਿਗੁਰੂ ਜੀ ਨੇ ਕੀਤਾ। ਫਿਰ ਬੱਚਿਆਂ ਨੂੰ ਗੁਰਮੁਖੀ ਦੇ ਸ਼ੁੱਧ ਉਚਾਰਨ ਦਾ ਗਿਆਨ, ਜਿਸ ਨੂੰ ਭਾਸ਼ਾ ਦੀ ਵਿਆਕਰਨ ਕਿਹਾ ਜਾਂਦਾ ਹੈ, ਉਹ ਮੁਹਾਰਨੀ ਦੀ ਬਣਤਰ ਵੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਔਰ ਉਹ ਵੀ ਬੱਚਿਆਂ ਨੂੰ ਸਿਖਾਉਣੀ। ਇਉਂ ਨਾਲ ਨਾਲ ਗੁਰਬਾਣੀ ਦੀ ਸੰਥਿਆ ਵੀ ਬੱਚਿਆਂ ਨੂੰ ਕਰਵਾਉਣੀ। ਔਰ ਦਿਨ ਦੇ ਪਿਛਲੇ ਪਹਿਰ ਨੌਜਵਾਨ ਬੱਚਿਆਂ ਦੇ ਘੋਲ ਕਰਾਉਣੇ, ਤਾਂ ਹੀ ਉਸ ਗੁਰਦੁਆਰੇ ਦਾ ਨਾਮ ਮੱਲ ਅਖਾੜਾ ਸਾਹਿਬ ਹੈ, ਮੱਲਾਂ ਦਾ ਅਖਾੜਾ ਲਾਉਣਾ, ਬੱਚੇ ਤੰਦਰੁਸਤ ਰਹਿ ਸਕਣ, ਨਿਰੋਗ ਜੀਵਨ ਜਿਉਣ, ਵਿਕਾਰਾਂ ਤੋਂ ਬਚੇ ਰਹਿਣ ਔਰ ਰਹਿਣ ਤੰਦਰੁਸਤੀ ਦਾ ਸੁਖਮਈ ਜੀਵਨ ਬਸਰ ਕਰਨ, ਇਹ ਸਾਰੇ ਉਪਰਾਲਿਆਂ ਦੇ ਪੂਰਨੇ ਸਤਿਗੁਰਾਂ ਨੇ ਔਰ ਵਿਸ਼ੇਸ਼ ਕਰਕੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਨੇ ਆਪ ਹੀ ਪੂਰਨੇ ਪਾਏ। ਜਦੋਂ ਛੇਵੇਂ ਪਾਤਸ਼ਾਹ ਜੀ ਬਾਲਕ ਅਵਸਥਾ ਵਿੱਚ ਸਨ, ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਵੀ ਫੈਸਲਾ ਕੀਤਾ ਕਿ ਛੇਵੇਂ ਪਾਤਸ਼ਾਹ ਜੀ ਨੂੰ ਗੁਰਮੁਖੀ ਵਿੱਦਿਆ ਦਵਾਈ ਜਾਵੇ। ਵਿੱਦਿਆ ਸੰਸਕਾਰ ਹੈ ਸੰਗਤ ਜੀ ਸਾਡਾ, ਪੰਜ ਸੰਸਕਾਰ ਹਨ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ, ਵਿੱਦਿਆ ਸੰਸਕਾਰ, ਵਿਵਾਹ ਸੰਸਕਾਰ, ਅੰਤਿਮ ਸੰਸਕਾਰ। ਵਿੱਦਿਆ ਸੰਸਕਾਰ ਵਿੱਚ ਪ੍ਰਵਿਰਤ ਕਰਾਉਣ ਲਈ ਧੰਨ ਬਾਬਾ ਬੁੱਢਾ ਜੀ ਦੀ ਸੇਵਾ ਲਾਈ ਕਿ ਬਾਬਾ ਜੀ ਛੇਵੇਂ ਪਾਤਸ਼ਾਹ ਨੂੰ ਤੁਸੀਂ ਗੁਰਮੁਖ ਵਿੱਦਿਆ ਗੁਰਬਾਣੀ ਦੀ ਸੰਥਿਆ ਦੇਣੀ ਹੈ। ਔਰ ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਜੀ ਨੂੰ ਆਪ ਆਪਣੀ ਹਾਜ਼ਰੀ ਵਿੱਚ ਬਿਠਾ ਕੇ ਸਾਰੀ ਗੁਰਮੁਖੀ ਵਿੱਦਿਆ ਅਤੇ ਗੁਰਬਾਣੀ ਦੀ ਸੰਥਿਆ ਕਰਵਾਈ ਔਰ ਬਾਬਾ ਜੀ ਤੋਂ ਹੀ ਛੇਵੇਂ ਪਾਤਸ਼ਾਹ ਜੀ ਨੂੰ ਸ਼ਸਤਰ ਵਿੱਦਿਆ ਵੀ ਸਿਖਾਈ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਪੂਰਨੇ ਤਾਂ ਹੀ ਪਾਏ ਹੈ, ਭਾਵੇਂ ਕਿ ਪੰਚਮ ਪਾਤਸ਼ਾਹ ਜੀ ਆਪ ਵੀ ਸਾਰਾ ਕੁਝ ਛੇਵੇਂ ਪਾਤਸ਼ਾਹ ਜੀ ਨੂੰ ਸਿਖਾ ਸਕਦੇ ਸਨ, ਪਰ ਸਤਿਗੁਰੂ ਜੀ ਨੇ ਇੱਕ ਪੂਰਨਾ ਪਾਇਆ ਕਿ ਭਾਈ ਜਿਵੇਂ ਰਹਿਤਨਾਮਿਆਂ ਦੇ ਬਚਨ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ। ਗੁਰਮੁਖੀ ਅੱਖਰ ਸਿੰਘ ਤੋਂ ਹੀ ਸਿੰਘਾਂ ਨੂੰ ਸੰਗਤਾਂ ਨੂੰ ਸਿੱਖਣੇ ਚਾਹੀਦੇ ਹੈ।
ਗੁਰਸਿੱਖਾਂ ਤੋਂ ਗੁਰਸਿੱਖ ਅੱਗੇ ਪੜ੍ਹਨ, ਇਹ ਪੂਰਨਾ ਗੁਰੂ ਅਰਜਨ ਦੇਵ ਜੀ ਨੇ ਇਸੇ ਲਈ ਪਾਇਆ। ਛੇਵੇਂ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਤੋਂ ਸਾਰੀ ਗੁਰਮੁਖੀ ਵਿੱਦਿਆ ਆਪ ਪੜ੍ਹਾਉਣਾ ਕੀਤੀ ਸੀ। ਸੋ ਇਹ ਵੱਡੇ ਉਪਰਾਲੇ ਹੈ, ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਔਰ ਸਾਨੂੰ ਆਪਣੇ ਬੱਚਿਆਂ ਨੂੰ ਅੱਜ ਆਪਣੀ ਮੂਲ ਜੋ ਮਾਤ ਭਾਸ਼ਾ ਕਹਿ ਲਓ, ਇਹਨੂੰ ਬੋਲੀ ਕਹਿ ਲਓ, ਇਸ ਨਾਲੋਂ ਟੁੱਟਣ ਨਾ ਦਈਏ। ਹਰ ਧਰਮ ਦਾ ਜਿਹੜਾ ਮੁੱਢ ਸਾਧ ਸੰਗਤ ਜੀ ਖਾਸ ਤੌਰ 'ਤੇ ਜਿਹੜਾ ਮਜ਼ਬੂਤ ਪੱਖ ਹੁੰਦਾ, ਉਹ ਹਰ ਧਰਮ ਦੀ ਬੋਲੀ ਹੋਇਆ ਕਰਦੀ ਹੈ ਮੁੱਖ ਰੂਪ ਵਿੱਚ। ਔਰ ਨਾਲ ਨਾਲ ਧਰਮ ਦੇ ਮੁੱਖ ਸਿਧਾਂਤ ਹੁੰਦੇ ਹੈ, ਨਾਲ ਨਾਲ ਧਰਮ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਤਤਪਰ ਰਹਿਣਾ। ਇਹ ਤਿੰਨ ਗੱਲਾਂ ਨਾਲ ਕੋਈ ਵੀ ਧਰਮ ਦੁਨੀਆ ਉੱਤੇ ਬਚ ਸਕਦਾ ਹੈ। ਇਸ ਕਰਕੇ ਬੱਚਿਆਂ ਨੂੰ ਆਪਣੀ ਮੂਲ ਭਾਸ਼ਾ ਗੁਰਮੁਖੀ ਨਾਲੋਂ, ਪੰਜਾਬੀ ਨਾਲੋਂ ਟੁੱਟਣ ਨਾ ਦਈਏ। ਵਿਦੇਸ਼ਾਂ ਵਿੱਚ ਵੀ ਸੰਗਤਾਂ ਬੜੇ ਉਪਰਾਲੇ ਕਰ ਰਹੀਆਂ ਹਨ, ਔਰ ਇੱਥੇ ਵੀ ਅੱਜ ਉਪਰਾਲੇ ਕਰਨ ਦੀ ਲੋੜ ਹੈ। ਮੈਂ ਦੇਖਿਆ ਦਿੱਲੀ ਵਰਗੇ ਸ਼ਹਿਰਾਂ ਵਿੱਚ ਬੱਚੇ ਘਰਾਂ ਵਿੱਚ ਹਿੰਦੀ ਬੋਲਦੇ ਹੈ, ਅੰਗਰੇਜ਼ੀ ਵਿੱਚ ਗੱਲ ਕਰਦੇ ਹੈ, ਮਾਪਿਆਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨਾਲ ਜਾਣ ਕੇ ਅੰਗਰੇਜ਼ੀ ਵਿੱਚ ਗੱਲ ਕਰਨਗੇ। ਵਿਦੇਸ਼ਾਂ ਵਾਲਿਆਂ ਨੇ ਇਸ ਦਾ ਹਸ਼ਰ ਦੇਖਿਆ, ਉਹਨਾਂ ਨੇ ਕਿ ਜਦੋਂ ਉਹ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ, ਅੰਗਰੇਜ਼ੀ ਵਿੱਚ ਗੱਲਾਂ ਕਰਦੇ, ਤਾਂ ਬੱਚੇ ਆਪਣੇ ਦਾਦੇ ਦਾਦੀ ਦੀ ਬੋਲੀ ਸਮਝਣ ਵੱਲੋਂ ਹੀ ਬੱਚੇ ਕੋਰੇ ਰਹਿ ਗਏ, ਔਰ ਉਹ ਗੁਰਮੁਖੀ ਨਾਲੋਂ ਵੀ, ਗੁਰੂ ਘਰ ਨਾਲੋਂ ਵੀ ਬੜੇ ਦੂਰ ਚਲੇ ਗਏ। ਫਿਰ ਕਿਤੇ ਜਾ ਕੇ ਮੇਰੇ ਹੁੰਦਿਆਂ ਹੁੰਦਿਆਂ ਹੀ ਉੱਥੇ ਅਮੈਰੀਕਾ ਵਿੱਚ, ਕਨੇਡਾ ਵਿੱਚ ਦੇਖਿਆ ਕਿ ਸੰਗਤਾਂ ਬੜੀਆਂ ਫਿਕਰਮੰਦ ਹੋਈਆਂ। ਉਹਨਾਂ ਨੇ ਗੁਰੂ ਘਰਾਂ ਵਿੱਚ ਹਫ਼ਤਾਵਾਰੀ ਸਨਿਚਰ ਅਤੇ ਐਤਵਾਰ ਨੂੰ ਗੁਰਮਤ ਦੇ ਸਕੂਲ ਆਰੰਭ ਕੀਤੇ, ਔਰ ਘਰਾਂ ਤੋਂ ਮਾਪੇ ਬੱਚਿਆਂ ਨੂੰ ਲਿਆ ਲਿਆ ਕੇ ਫਿਰ ਗੁਰਮੁਖੀ ਸਿਖਾਉਣ ਲੱਗੇ। ਸੋ ਸਾਧ ਸੰਗਤ ਜੀ, ਵੱਡੇ ਸ਼ਹਿਰਾਂ ਵਿੱਚ ਅੱਜ ਵੀ ਇਸ ਗੱਲ ਦੀ ਸਮਝ ਨਹੀਂ ਪੈਂਦੀ। ਚੰਗੇ ਚੰਗੇ ਪਰਿਵਾਰ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਆ, ਅੰਗਰੇਜ਼ੀ ਬੋਲਣ ਲੱਗ ਗਿਆ, ਚੰਗੀ ਗੱਲ ਹੈ ਭਾਈ, ਦੂਜੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ। ਪਰ ਇਹ ਕਿੱਡੇ ਕੁ ਫਖਰ ਦੀ ਗੱਲ ਹੈ, ਇੱਕ ਦੇਸ਼ ਦੀ ਬੋਲੀ ਹੈ, ਅੰਗਰੇਜ਼ਾਂ ਦਾ ਰਾਜ ਰਿਹਾ, ਉਹਨਾਂ ਦੀ ਬੋਲੀ ਦੁਨੀਆ ਵਿੱਚ ਜ਼ਿਆਦਾ ਗਿਣਤੀ ਵਿੱਚ ਪ੍ਰਚਲਿਤ ਹੋ ਗਈ। ਮੁਗਲਾਂ ਦਾ ਰਾਜ ਰਿਹਾ, ਫਾਰਸੀ ਪ੍ਰਚਲਿਤ ਹੋ ਗਈ, ਉਰਦੂ ਚੱਲ ਪਿਆ। ਇਸ ਕਰਕੇ ਇਹ ਚੀਜ਼ਾਂ ਰਾਜ ਨਾਲ ਸੰਬੰਧਿਤ ਹਨ। ਜੇ ਸਿੱਖਾਂ ਨੇ ਆਪਣਾ ਰਾਜ ਬਣਾਉਣਾ, ਰਾਜ ਸੰਭਾਲਣਾ, ਤਾਂ ਸਿੱਖਾਂ ਨੂੰ ਤਾਂ ਫਿਰ ਗੁਰਮੁਖੀ ਭਾਸ਼ਾ ਦਾ ਹੀ ਜੀਵਨ ਵਿੱਚ ਅਧਿਐਨ ਕਰਨਾ ਪਵੇਗਾ, ਗੁਰਮੁਖੀ ਨਾਲ ਹੀ, ਪੰਜਾਬੀ ਨਾਲ ਹੀ ਜੁੜਨਾ ਪਵੇਗਾ। ਗੁਰਮੁਖੀ ਸ਼ਬਦ ਦੇ ਨਾਲ ਮੈਂ ਪੰਜਾਬੀ ਤਾਂ ਵਰਤਦਾ, ਸੌਖਾ ਸਮਝ ਆ ਜਾਏ। ਇਸ ਕਰਕੇ ਭਾਈ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਬਰ ਤੁਮਾਰੀ, ਮੀਆਂ ਜੀ ਸਿੱਖਾਂ ਨੇ ਕਹਿ ਕੇ ਬੁਲਾਉਣਾ, ਮਹਾਰਾਜ ਜੀ ਨੇ ਕਹਿਣਾ ਭਾਈ ਇਹ ਬੋਲੀ ਸਾਡੀ ਥੋੜ੍ਹੋ ਹੈ, ਮੀਆਂ ਤਾਂ ਉਹਨਾਂ ਲੋਕਾਂ ਦੀ ਬੋਲੀ ਹੈ ਜਿਹੜੇ ਇੱਥੇ ਰਾਜ ਕਰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਸੁਚੇਤ ਕੀਤਾ ਕਿ ਭਾਈ ਗੁਰਮੁਖੀ ਬੋਲੀ ਦੇ ਵਿੱਚ ਪਰਪੱਕ ਰਹੋ, ਗੁਰਮੁਖੀ ਨਾਲ ਜੁੜੋ। ਕਿੰਨਾ ਦੁਨੀਆ ਭਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਜਿੰਨਾ ਤਾਂ ਕੋਈ ਵੀ ਅਵਤਾਰ ਪੀਰ ਪੈਗੰਬਰ ਸੰਸਾਰ ਵਿੱਚ ਕਿਤੇ ਵੀ ਨਹੀਂ ਨਾ ਗਿਆ, ਪਰ ਸਾਧ ਸੰਗਤ ਜੀ ਜਿੰਨੀ ਗੁਰਬਾਣੀ ਉਚਾਰੀ ਸਤਿਗੁਰਾਂ ਨੇ ਗੁਰਮੁਖੀ ਵਿੱਚ,
ਔਰ ਜੇ ਕੋਈ ਉਹਨਾਂ ਕੋਲ ਫਾਰਸੀ ਵਾਲਾ ਆਇਆ, ਸੰਸਕ੍ਰਿਤ ਵਾਲਾ ਆਇਆ, ਤਾਂ ਉਸ ਭਾਸ਼ਾ ਵਿੱਚ ਉਹਨੂੰ ਉਪਦੇਸ਼ ਜ਼ਰੂਰ ਦਿੱਤਾ, ਸ਼ਬਦ ਉਚਾਰ ਕੇ। ਗੁਰਬਾਣੀ ਵਿੱਚ ਉਹਨਾਂ ਭਾਸ਼ਾਵਾਂ ਦੇ ਸ਼ਬਦ ਜ਼ਰੂਰ ਆਉਂਦੇ ਹੈ, ਪਰ ਲੇਕਿਨ ਸੰਪੂਰਨ ਰੂਪ ਵਿੱਚ ਗੁਰਬਾਣੀ ਗੁਰਮੁਖੀ ਵਿੱਚ ਹੀ ਸਤਿਗੁਰੂ ਨੇ ਉਚਾਰੀ ਹੈ। ਇਸ ਕਰਕੇ ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਘਰ ਵਿੱਚ ਬੱਚੇ ਜਦੋਂ ਵੱਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚੋਂ ਪੜ੍ਹ ਕੇ ਆਉਣ, ਤਾਂ ਉਹਨਾਂ ਨੂੰ ਅਸੀਂ ਘਰ ਵਿੱਚ ਬੈਠ ਕੇ ਗੁਰਮੁਖੀ ਵਿੱਚ ਪੰਜਾਬੀ ਵਿੱਚ ਹੀ ਉਹਨਾਂ ਨਾਲ ਮਾਪੇ ਗੱਲਬਾਤ ਕਰਨ। ਜੇ ਬੱਚੇ ਕੋਈ ਢਲਿਆਈ ਕਰਦੇ, ਉਹਨਾਂ ਨੂੰ ਟੋਕਣਾ, ਉਹਨਾਂ ਨੂੰ ਸਮਝਾਉਣਾ, ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ। ਇਹ ਮਾਣ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਬੱਚੇ ਅੰਗਰੇਜ਼ੀ ਪੜ੍ਹਨ ਲੱਗ ਪਏ, ਬੋਲਣ ਲੱਗ ਪਏ, ਵੀ ਪਤਾ ਨਹੀਂ ਕਿੱਡੀ ਕਬੱਡੀ ਇਹਨਾਂ ਨੇ ਮਾਰਕਾ ਮਾਰ ਲਿਆ। ਇਹ ਤਾਂ ਇੱਕ ਭਾਸ਼ਾ ਸਿੱਖ ਲਈ, ਚੰਗੀ ਗੱਲ ਹੈ, ਪਰ ਆਪਣੀ ਮੂਲ ਭਾਸ਼ਾ ਨਾਲੋਂ ਕਦੇ ਵੀ ਟੁੱਟਣਾ ਨਹੀਂ ਚਾਹੀਦਾ, ਆਪਣੀ ਮੂਲ ਭਾਸ਼ਾ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਸੋ ਐਸੇ ਉਪਰਾਲੇ ਜੋ ਹੋ ਰਹੇ ਹੈ, ਇਹਨਾਂ ਨੂੰ ਹੋਰ ਵੱਡੀ ਪੱਧਰ 'ਤੇ ਅੱਜ ਦੁਨੀਆ ਭਰ ਵਿੱਚ ਐਸੇ ਉਪਰਾਲੇ ਕਰਨ ਦੀ ਲੋੜ ਹੈ। ਸੋ ਆਓ, ਇਹ ਬੜਾ ਵੱਡਾ ਸ਼ਲਾਘਾਯੋਗ ਉੱਦਮ ਹੈ ਸਾਰੇ ਨਗਰ ਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਕਾਲਾ ਸਿੱਖ ਅਤੇ ਭਾਈ ਮਿਹਰਾ ਅਤੇ ਭਾਈ ਨਿਹਾਲੂ ਤਿੰਨ ਸਿੱਖ ਆਏ ਹਨ। ਕੱਲ੍ਹ ਦੇ ਪ੍ਰਸੰਗ ਵਿੱਚ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭਾਈ ਹਮਜਾ, ਭਾਈ ਜੱਜਾ, ਭਾਈ ਬਾਲਾ, ਭਾਈ ਨਾਨੋ, ਇਹ ਚਾਰ ਸਿੱਖ ਆਏ ਸਨ। ਉਹਨਾਂ ਦੇ ਅੱਗੇ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੀ ਮਹਾਨ ਮਹਿਮਾ ਉਹਨਾਂ ਸਿੱਖਾਂ ਨੂੰ ਆਪਣੇ ਮੁਖਾਰ ਬਿੰਦ ਤੋਂ ਸਰਵਣ ਕਰਵਾਈ। ਔਰ ਅਗਲੇ ਪ੍ਰਸੰਗ ਵਿੱਚ ਹੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਆਪਣੇ ਮੁਖਾਰ ਬਿੰਦ ਤੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ ਹੈ। ਆਪ ਮਨ ਬਿਰਤੀ ਨੂੰ ਇਕਾਗਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਲਾ ਸਿੱਖ ਮਿਹਰਾ ਔਰ ਭਾਈ ਕਾਲਾ ਸਿੱਖ ਅਤੇ ਭਾਈ ਮਿਹਰਾ ਔਰ ਤੀਸਰਾ ਸਿੱਖ ਇਹਨਾਂ ਦੇ ਨਾਲ ਹੈ। ਸਣੇ ਨਿਹਾਲੂ ਰਹਿ ਗਿਰ ਠੌਰ ਤੀਜਾ ਭਾਈ ਨਿਹਾਲੂ, ਇਹ ਰਹਿਣ ਵਾਲੇ ਕਿੱਥੋਂ ਦੇ? ਪਹਾੜਾਂ ਦੇ ਰਹਿਣ ਵਾਲੇ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਸਾਧ ਸੰਗਤ ਜੀ, ਉੱਤਰ ਦੱਖਣ ਪੂਰਬ ਪੱਛਮ ਚਾਰੇ ਹੀ ਦਿਸ਼ਾਵਾਂ ਦੇ ਵਿੱਚ ਫੈਲੀ ਹੋਈ ਹੈ ਔਰ ਥਾਂ ਥਾਂ ਤੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ ਹਨ। ਇਹ ਪਹਾੜਾਂ ਵਿੱਚ ਰਹਿਣ ਵਾਲੇ ਸਿੱਖ ਹੈ, ਉੱਤਰ ਦੀ ਦਿਸ਼ਾ ਵਾਲੇ ਪਾਸੇ ਰਹਿਣ ਵਾਲੇ ਗੁਰੂ ਕੇ ਸਿੱਖ ਹਨ। ਇਹ ਪਹਾੜਾਂ ਵਿੱਚੋਂ ਚੱਲ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਆਏ। ਸੋ ਬੰਦਨ ਕਰ ਬੈਠੇ ਪਾਸ, ਉਹ ਸਿੱਖ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਗਏ ਹੱਥ ਜੋੜ ਕੇ। ਸੁਣ ਪ੍ਰਸੰਗ ਕੋ ਬਾਕ ਪ੍ਰਕਾਸ਼, ਜਿਹੜਾ ਪ੍ਰਸੰਗ ਪਹਿਲਾਂ ਚੱਲ ਰਿਹਾ ਸੀ ਭਾਈ ਹਮਜਾ ਜੱਡਾ ਆਦਿਕ ਸਿੱਖਾਂ ਨਾਲ, ਗੁਰੂ ਅਰਜਨ ਦੇਵ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਰ ਰਹੇ ਸਨ,
ਕਿ ਤਿੰਨੇ ਲੋਕਾਂ ਦੇ ਤੀਰਥ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਰਾਬਰ ਨਹੀਂ ਉਹਨਾਂ ਦੀ ਮਹਿਮਾ ਹੋ ਸਕਦੀ। ਔਰ ਜਿਹੜਾ ਇੱਥੇ ਆ ਕੇ ਨਿਸ਼ਕਾਮ ਸੇਵਾ ਕਰੇਗਾ, ਭਜਨ ਕਰੇਗਾ, ਉਹਨੂੰ ਬ੍ਰਹਮ ਗਿਆਨ ਮਿਲੇਗਾ। ਜਿਹੜਾ ਮਨ ਵਿੱਚ ਕੋਈ ਕਾਮਨਾ ਇੱਛਾ ਲੈ ਕੇ ਵੀ ਸੇਵਾ ਕਰੇਗਾ, ਹਾਜ਼ਰੀ ਭਰੇਗਾ, ਉਹਦੀਆਂ ਸਰਬੱਤਰ ਕਾਮਨਾਵਾਂ ਪੂਰੀਆਂ ਹੋਣਗੀਆਂ। ਐਸੀ ਮਹਾਨ ਮਹਿਮਾ ਸਤਿਗੁਰੂ ਜੀ ਨੇ ਜਦੋਂ ਸੰਗਤਾਂ ਨੂੰ ਸੁਣਾਈ ਤਾਂ ਇਹ ਪ੍ਰਸੰਗ ਸੁਣਦਿਆਂ ਸੁਣਦਿਆਂ ਇਹਨਾਂ ਸਿੱਖਾਂ ਦੇ ਮਨ ਵਿੱਚ ਇੱਕ ਸ਼ੰਕਾ ਆਈ ਹੈ, ਸਵਾਲ ਪੈਦਾ ਹੋਇਆ ਹੈ। ਕਹੋ ਪ੍ਰਭੂ ਕਰ ਸੰਸੇ ਹਾਨੀ। ਇਹ ਪ੍ਰਭੂ ਮਾਲਕ ਸਤਿਗੁਰੂ ਜੀ, ਸਾਡੇ ਮਨ ਵਿੱਚ ਇੱਕ ਸ਼ੰਕਾ ਹੈ, ਸੰਸਾ ਹੈ, ਸਵਾਲ ਹੈ ਮਹਾਰਾਜ, ਇਸ ਦਾ ਆਪ ਕਿਰਪਾ ਕਰਕੇ ਇਸ ਸ਼ੰਕਾ ਦਾ ਨਿਵਾਰਨ ਕਰੋ, ਭਾਵ ਸ਼ੰਕਾ ਦੂਰ ਕਰੋ, ਸਵਾਲ ਦਾ ਉੱਤਰ ਦੇ ਕੇ ਸਾਡੀ ਸ਼ੰਕਾ ਨੂੰ ਦੂਰ ਕਰਨਾ ਕਰੋ ਸੱਚੇ ਪਾਤਸ਼ਾਹ। ਮਹਾਰਾਜ ਤੁਸੀਂ ਕਹਿਤਾ ਵੀ ਜਿਹੜਾ ਸਿੱਖ ਇੱਥੇ ਦਰਸ਼ਨ ਸ਼ਰਧਾ ਨਾਲ ਕਰਨ ਆਏਗਾ ਉਹਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਜਿਹੜਾ ਸਿੱਖ ਨਿਸ਼ਕਾਮ ਭਜਨ ਕਰੇਗਾ ਉਹਨੂੰ ਬ੍ਰਹਮ ਗਿਆਨ ਮਿਲੇਗਾ। ਅਤੇ ਮਹਾਰਾਜ ਸਾਡੇ ਮਨ ਵਿੱਚ ਤੀਜਾ ਸਵਾਲ ਆਇਆ ਵੀ ਜਿਹੜੇ ਇੱਥੇ ਪਾਪੀ ਲੋਕ ਰਹਿੰਦੇ ਆ ਅੰਮ੍ਰਿਤਸਰ ਸਾਹਿਬ, ਉਹਨਾਂ ਦਾ ਕੀ ਬਣੇਗਾ? ਪਾਪੀ ਵੀ ਇੱਥੇ ਰਹਿੰਦੇ ਹੀ ਆ ਨਾ ਸ਼ਹਿਰ ਦੇ ਵਿੱਚ, ਹਰ ਨਗਰ ਵਿੱਚ ਚੰਗੇ ਮਾੜੇ ਲੋਕ ਹੁੰਦੇ ਹੀ ਹੈ, ਧਰਮੀ ਵੀ ਹੁੰਦੇ ਆ, ਪਾਪੀ ਵੀ ਹੁੰਦੇ ਆ। ਇਸ ਕਰਕੇ ਮਹਾਰਾਜ ਪਾਪੀਆਂ ਦੀ ਕੀ ਗਤੀ ਹੋਏਗੀ? ਪਾਪੀਆਂ ਨੂੰ ਕੀ, ਕਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਦੇ ਵਿੱਚ ਨਿਰਵਾਹ ਹੋਏਗਾ ਜਿਹੜੇ ਤਾਮਸੀ ਤਮੋ ਗੁਣੀ ਬਿਰਤੀ ਵਾਲੇ ਪਾਪ ਕਰਨ ਵਾਲੇ ਹਨ? ਕਰਹਿ ਪਾਪ ਨਹਿ ਅਦਬ ਰਖੰਤੇ। ਉਹ ਪਾਪ ਕਰਦੇ ਆ, ਮਨ ਵਿੱਚ ਡਰ ਵੀ ਨਹੀਂ ਰੱਖਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ, ਦਰਬਾਰ ਸਾਹਿਬ ਜੀ ਦਾ, ਉਹਨਾਂ ਦੇ ਮਨ ਵਿੱਚ ਕੋਈ ਡਰ ਭੈ ਨਹੀਂ। ਉਹ ਪਾਪ ਲੱਗੇ ਹੋਏ ਆ ਪਾਪ ਕਰਨ, ਉਹ ਪਾਪਾਂ ਵਿੱਚ ਹੀ ਖਚਤ ਰਹਿੰਦੇ ਹਨ, ਕੋਈ ਅਦਬ ਸਤਿਕਾਰ ਨਹੀਂ ਰੱਖਦੇ, ਮਨ ਵਿੱਚ ਕੋਈ ਡਰ ਭੈ ਨਹੀਂ ਆ ਉਹਨਾਂ ਦੇ। ਸੋ ਕਿਸ ਬਿਦ ਕੀ ਗਤੀ ਲਹੰਤੇ। ਮਹਾਰਾਜ ਉਹਨਾਂ ਨੂੰ ਕਿਹੋ ਜਿਹੀ ਗਤੀ, ਕਿਹੋ ਜਿਹੀ ਉਹਨਾਂ ਦੀ ਹਾਲਤ ਹੋਏਗੀ? ਗਤੀ ਤੋਂ ਭਾਵ ਹੁੰਦਾ ਕਿ ਉਹਨਾਂ ਨੂੰ ਉਹਨਾਂ ਪਾਪ ਕੀਤਿਆਂ ਦਾ ਕੀ ਫਲ ਮਿਲੇਗਾ, ਭਾਵ ਉਹਨਾਂ ਨੂੰ ਕਿਹੋ ਜਿਹਾ ਰਸਤਾ ਪ੍ਰਲੋਕ ਦੇ ਵਿੱਚ ਪ੍ਰਾਪਤ ਹੋਏਗਾ, ਉਹਨਾਂ ਦੀ ਕੀ ਹਾਲਤ ਬਣੇਗੀ, ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਸ਼੍ਰੀ ਮੁਖ ਤੇ ਪਰਮਾਵਨ ਕੀਨ। ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸਤਿਗੁਰਾਂ ਨੇ ਸਿੱਖਾਂ ਦਾ ਸਵਾਲ ਸ਼ੰਕਾ ਸੁਣ ਕੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉੱਤਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਬਸ ਹੈ ਜੇ ਮਹਿਮਾ ਨਹਿ ਮਨ ਚੀਨ। ਕਹਿੰਦੇ ਜਿਹੜੇ ਇੱਥੇ ਵੱਸਦੇ ਹੈ ਮਨ ਦੇ ਵਿੱਚ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਮਹਿਮਾ ਨੂੰ ਨਹੀਂ ਜਾਣਦੇ, ਨਹੀਂ ਅੱਦ ਭੈ ਡਰ ਰੱਖਦੇ ਹਨ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ, ਨਾ ਪਾਪ ਨਾ ਜਨ ਹੈ ਮੂੜ। ਉਹ ਮੂਰਖ ਇੱਥੋਂ ਦੀ ਮਹਿਮਾ ਨੂੰ ਨਹੀਂ ਜਾਣਦੇ, ਅੱਦ ਭੈ ਡਰ ਨਹੀਂ ਰੱਖਦੇ, ਔਰ ਬੇਪਰਵਾਹ ਅਤੇ ਬੇਡਰ ਹੋ ਕੇ ਪਾਪ ਕਰਦੇ ਹਮੇਸ਼ਾ ਵਾਸਤੇ। ਸੁਣਹਿ ਨਾ ਸਤਨਾਮ ਬਹੁ ਰੂੜ। ਜੋ ਵਾਹਿਗੁਰੂ ਦਾ ਨਾਮ ਸਭ ਤੋਂ ਸੁੰਦਰ ਹੈ, ਤਨ ਮਨ ਨੂੰ ਸੁੰਦਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ,
ਉਸ ਸੱਚੇ ਨਾਮ ਨੂੰ ਕਦੇ ਆ ਕੇ ਹਰਿਮੰਦਰ ਸਾਹਿਬ ਕੀਰਤਨ ਰੂਪ ਵਿੱਚ ਨਹੀਂ ਸੁਣਦੇ, ਆ ਕਰਕੇ ਇੱਥੇ ਦਰਸ਼ਨ ਨਹੀਂ ਕਰਦੇ, ਹਾਜ਼ਰੀ ਨਹੀਂ ਭਰਦੇ, ਬੜੇ ਬੇਪਰਵਾਹ ਹੋ ਕੇ, ਬੇਖੌਫ ਬੇਡਰ ਹੋ ਕੇ ਬੜੇ ਵੱਡੇ ਵੱਡੇ ਗੁਨਾਹ ਅਤੇ ਪਾਪ ਕਰਦੇ ਆ, ਪਾਪ ਕਮਾਉਂਦੇ ਹਨ। ਤ੍ਰਿਗਤ ਜੋਨ ਮਰ ਇਹ ਠਾਂ ਪਾਵੈ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵੀ ਫਲ ਮਿਲੇਗਾ ਪਾਪ ਕਰਨ ਦਾ। ਉਹ ਟੇਢੀਆਂ ਜੂਨਾਂ ਦੇ ਵਿੱਚ ਜਾ ਕੇ ਉਹ ਨਰਕਾਂ ਦਾ ਦੁੱਖ ਭੋਗਦੇ ਹੋਏ ਫਿਰ ਟੇਢੀਆਂ ਜੂਨਾਂ ਵਿੱਚ ਪੈਣਗੇ। ਤ੍ਰਿਗਤ ਦਾ ਅਰਥ ਹੁੰਦਾ ਟੇਢੀਆਂ ਜੂਨਾਂ, ਨਖਿੱਧ ਜੂਨਾਂ, 84 ਲੱਖ ਜੂਨਾਂ, ਉਹਨਾਂ ਦੇ ਵਿੱਚ ਉਹਨਾਂ ਨੂੰ ਮਨੁੱਖਾ ਤਨ ਤਿਆਗ ਕੇ ਫਿਰ ਦੁਬਾਰਾ ਜਨਮ ਮਿਲੇਗਾ ਇੱਥੇ ਹੀ ਅੰਮ੍ਰਿਤਸਰ ਸਾਹਿਬ। ਕੂਕਰ ਕਾਕ ਭੂੰਡ ਬਣ ਜਾਵੇ। ਉਹ ਜਿਹੜੇ ਪਾਪੀ ਹੈ ਨਾ, ਉਹ ਅੰਮ੍ਰਿਤਸਰ ਸਾਹਿਬ ਵਿਖੇ ਹੀ ਮਰ ਕੇ ਜੰਮਣਗੇ, ਪਰ ਕੀ ਬਣਨਗੇ? ਕੁੱਤਿਆਂ ਦੀ ਜੂਨ ਉਹਨਾਂ ਨੂੰ ਮਿਲੇਗੀ, ਕਾਂ ਬਣਨਗੇ, ਭੂੰਡ ਬਣਨਗੇ, ਜਿਨ੍ਹਾਂ ਨੇ ਬੇਡਰ ਬੇਭੈ ਹੋ ਕੇ ਬੇਖੌਫ ਹੋ ਕੇ ਅੰਮ੍ਰਿਤਸਰ ਸਾਹਿਬ ਵਿੱਚ ਪਾਪ ਕੀਤੇ ਹੈ, ਉਹਨਾਂ ਨੂੰ ਮਨੁੱਖਾਂ ਦੇ ਤਿਆਗਣ ਤੋਂ ਬਾਅਦ ਇਹ ਟੇਢੀਆਂ ਜੂਨਾਂ ਮਿਲਣਗੀਆਂ ਇੱਥੇ। ਕੁੱਤੇ ਕਾਂ ਅਤੇ ਭੂੰਡ ਆਦਿਕ ਬਣਨਗੇ ਮਰ ਕੇ। ਮੂਖ ਕਸਰਪ ਬਨ ਹੈ ਅੱਗ ਭੋਗਾ। ਮੂਖ ਦਾ ਅਰਥ ਹੁੰਦਾ ਚੂਹੇ। ਇਸੇ ਤਰ੍ਹਾਂ ਸੱਪ ਆਦਿਕ ਬਣ ਕੇ ਆਪਣੇ ਕੀਤੇ ਪਾਪਾਂ ਦਾ ਫਲ ਭੋਗਣਗੇ। ਉਹ ਜੋ ਉਹਨਾਂ ਨੇ ਪਾਪ ਕੀਤੇ ਹੈ ਨਾ ਪਿਛਲੇ ਜਨਮ ਵਿੱਚ ਮਨੁੱਖਾ ਤਨ ਲੈ ਕੇ, ਫਿਰ ਉਹਦਾ ਫਲ ਉਹਨਾਂ ਨੂੰ ਟੇਢੀਆਂ ਜੂਨਾਂ 84 ਲੱਖ ਜੂਨਾਂ ਦੇ ਵਿੱਚ ਪੈ ਕੇ ਭੋਗਣਾ ਪਵੇਗਾ। ਬੁਨ ਨਰ ਇਸ ਥਲ ਬਨ ਹੈ ਅਰੋਗ ਹੈ। ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਵੀ ਜਦੋਂ ਉਹ ਉਹਨਾਂ ਦੇ ਪਾਪਾਂ ਦਾ ਹਿਸਾਬ ਮੁੱਕ ਗਿਆ ਨਾ, ਜੋ ਜੋ ਪਾਪ ਕੀਤੇ ਉਹ ਪੂਰਾ ਲੇਖਾ ਹੋ ਗਿਆ, ਫਿਰ ਉਹ ਦੁਬਾਰਾ ਇੱਥੇ ਗੁਰਸਿੱਖਾਂ ਦੇ ਘਰ ਵਿੱਚ, ਸੰਗਤਾਂ ਦੇ ਘਰ ਵਿੱਚ ਉਹਨਾਂ ਦਾ ਮਨੁੱਖਾ ਜਾਮੇ ਵਿੱਚ ਜਨਮ ਹੋਏਗਾ। ਔਰ ਮਨੁੱਖਾ ਸਰੀਰ ਧਾਰੀ ਜਨਮ ਲੈ ਕੇ ਅਰੋਗਤਾ ਵਾਲਾ, ਐਨ ਤੰਦਰੁਸਤੀ ਵਾਲਾ ਜੀਵਨ ਬਸਰ ਕਰਨਗੇ। ਪੁੰਨ ਭਗਤੀ ਕੋ ਪ੍ਰਾਪਤ ਸੋਏ। ਫਿਰ ਉਹ ਭਗਤੀ ਦੇ ਵਿੱਚ ਜੁੜਨਗੇ, ਭਾਵ ਹਰਿਮੰਦਰ ਸਾਹਿਬ ਆ ਕੇ ਸੇਵਾ ਕਰਨਗੇ, ਬਾਣੀ ਪੜ੍ਹਿਆ ਕਰਨਗੇ, ਨਾਮ ਜਪਿਆ ਕਰਨਗੇ, ਫਿਰ ਇੱਥੇ ਆ ਕੇ ਭਗਤੀ ਵਿੱਚ ਜੁੜ ਜਾਣਗੇ ਦੁਬਾਰਾ। ਇਹ ਪਾਪੀਆਂ ਨੂੰ ਵੀ ਇਹ ਫਲ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਮਿਲੇਗਾ। ਮਹਾਰਾਜ ਕਹਿੰਦੇ ਪਾਪੀਆਂ ਨੂੰ ਵੀ। ਸਤਿਸੰਗ ਜੀ, ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਆਪਣਾ ਭਰੋਸਾ, ਆਪਣਾ ਵਿਸ਼ਵਾਸ ਔਰ ਆਪਣੀ ਸ਼ਰਧਾ ਸ੍ਰੀ ਹਰਿਮੰਦਰ ਸਾਹਿਬ ਦੇ ਲਈ ਇਸ ਤਰ੍ਹਾਂ ਅਭਿਵਿਅਕਤ ਕਰਿਆ ਕਰਦੇ ਸਨ ਕਿ ਭਾਈ ਹਰਿਮੰਦਰ ਸਾਹਿਬ ਦੇ ਉੱਤੋਂ ਦੀ ਤਾਂ ਜੇ ਕੋਈ ਪੰਛੀ ਵੀ ਉੱਡ ਕੇ ਲੰਘ ਜੂਗਾ ਉਹ ਵੀ ਮੁਕਤ ਹੋ ਜਾਏਗਾ। ਇਹ ਮਹਾਂਪੁਰਖਾਂ ਦੇ ਬਚਨ ਹੈ। ਕਈਆਂ ਨੇ ਐਵੇਂ ਆਪਣੇ ਡੇਰਿਆਂ ਬਾਰੇ ਗੱਲਾਂ ਬਣਾ ਲਈਆਂ, ਆਖੇ ਜੀ ਇੱਥੋਂ ਦੀ ਲੰਘ ਜੂ ਮੁਕਤ ਹੋ ਜੂ। ਨਹੀਂ ਭਾਈ, ਹਰਿਮੰਦਰ ਸਾਹਿਬ ਦੀ ਮਹਿਮਾ ਦੇ ਤੁੱਲ ਕੋਈ ਹੋਰ ਨਹੀਂ ਹੋ ਸਕਦਾ। ਡਿੱਠੇ ਸਭੇ ਥਾਪ ਨਹੀਂ ਤੁਧ ਦੇਹਾ, ਵਧੋ ਪੁਰਖ ਵਧਾਤਾ ਤਾਂ ਤੂੰ ਸੋਹਿਆ, ਵਾਹਦੀ ਸੰਘਣਾ ਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਅਸਮਲ ਜਾਹੇ ਨਹਾਇਆ ਰਾਮਦਾਸ। ਦਰਬਾਰ ਸਾਹਿਬ ਦੀ ਬਰਾਬਰ ਤਾਂ ਨਹੀਂ ਕਿਸੇ ਵੀ ਅਸਥਾਨ ਨਾਲ ਦਿੱਤੀ ਜਾ ਸਕਦੀ,
ਜਿਹੜਾ ਰੁਤਬਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਨੂੰ ਹੈ, ਉਹ ਰੁਤਬਾ ਤਿੰਨਾਂ ਲੋਕਾਂ ਵਿੱਚ ਵੀ ਕਿਸੇ ਅਸਥਾਨ ਨੂੰ ਨਹੀਂ। ਕਿਉਂ? ਧੰਨ ਗੁਰੂ ਅਰਜਨ ਦੇਵ ਜੀ, ਵਾਹਿਗੁਰੂ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਨਮਸਕਾਰ ਕਰਦੇ ਰਹੇ। ਧੰਨ ਗੁਰੂ ਅਰਜਨ ਦੇਵ ਜੀ ਜਦੋਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, 3 ਸਾਲ ਦੀ ਵਿਰੇਸ ਹੈ, ਉਮਰ ਹੈ ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਨੂੰ ਆਪ ਨਾਲ ਲੈ ਕੇ ਆਏ ਬਡਾਲੀ ਸਾਹਿਬ ਤੋਂ। ਮਾਤਾ ਗੰਗਾ ਜੀ ਦੀ ਗੋਦ ਵਿੱਚ ਹਨ। ਪਹਿਲਾਂ ਸਰੋਵਰ ਵਿੱਚ ਆਪਣੇ ਹੱਥੀ ਇਸ਼ਨਾਨ ਕਰਾਇਆ, ਫਿਰ ਇਸ਼ਨਾਨ ਕਰਾ ਕੇ ਹਰਿਮੰਦਰ ਸਾਹਿਬ ਮਹਾਰਾਜ ਸਾਰੇ ਪਰਿਵਾਰ ਸਮੇਤ ਆਏ ਦਰਸ਼ਨੀ ਡੋਡੀ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਨੇ ਮੱਥਾ ਟੇਕਿਆ ਔਰ ਛੇਵੇਂ ਪਾਤਸ਼ਾਹ ਜੀ ਨੂੰ ਟਿਕਾਇਆ ਸਾਰੇ ਪਰਿਵਾਰ ਨੇ। ਫਿਰ ਅੰਦਰਲੇ ਦਰਵਾਜ਼ੇ ਵਿੱਚ ਜਿੱਥੋਂ ਸੰਗਤਾਂ ਅੰਦਰ ਪ੍ਰਵੇਸ਼ ਹੁੰਦੀਆਂ, ਉੱਥੇ ਦੇਹੜੀ ਉੱਤੇ ਮੱਥਾ ਟਿਕਾਇਆ, ਦੇਗ ਲੈ ਕੇ ਅੰਦਰ ਹਾਜ਼ਰ ਹੋ ਕੇ ਅਰਦਾਸ ਕੀਤੀ। ਅਰਦਾਸ ਕਰਕੇ ਉੱਪਰਲੀ ਪਰਿਕਰਮਾ ਕਰਦਿਆਂ ਹਰ ਕੀ ਪੌੜੀ ਤੋਂ ਅੰਮ੍ਰਿਤ ਜਲ ਚੁਲਾ ਲਿਆ, ਫਿਰ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ, ਫਿਰ ਸੱਚੇ ਪਾਤਸ਼ਾਹ ਉੱਥੋਂ ਬਾਹਰ ਆ ਕੇ ਦਰਸ਼ਨੀ ਡਿਉਢੀ ਨੂੰ ਨਮਸਕਾਰ ਕਰਕੇ ਸਾਰੇ ਸਰੋਵਰ ਦੀਆਂ ਪਰਿਕਰਮਾ ਕਰਕੇ ਫਿਰ ਗੁਰੂ ਕੇ ਮਹਿਲਾਂ ਵਿੱਚ ਗਏ ਸਨ ਸਤਿਗੁਰੂ। ਇੰਨਾ ਅਦਬ ਗੁਰੂ ਸਾਹਿਬਾਨਾਂ ਨੇ ਹਰਿਮੰਦਰ ਸਾਹਿਬ ਜੀ ਦਾ ਆਪ ਕੀਤਾ ਹੈ। ਇਸ ਕਰਕੇ ਹਰਿਮੰਦਰ ਸਾਹਿਬ ਦੇ ਤੁੱਲ ਹੋਰ ਨਹੀਂ ਦੁਨੀਆਂ ਦਾ ਕੋਈ ਵੀ ਤੀਰਥ, ਕੋਈ ਅਸਥਾਨ ਨਹੀਂ ਹੋ ਸਕਦਾ। ਮਹਾਂਪੁਰਖ ਤਾਂ ਹੀ ਇਹ ਭਾਵਨਾ ਨਾਲ ਬਚਨ ਕਿਹਾ ਕਰਦੇ ਕਿ ਭਾਈ ਇਹ ਹੈ ਵੀ ਸੱਚ, ਉਹਨਾਂ ਦਾ ਨਿਸ਼ਚਾ ਪੂਰਨ ਸੱਤ ਪੁਰਸ਼ਾਂ ਦੇ ਜਿਹੜੇ ਨਿਸ਼ਚੇ ਹੁੰਦੇ ਆ, ਭਰੋਸੇ ਹੁੰਦੇ ਆ, ਉਹ ਅਡੋਲ ਹੁੰਦੇ ਆ। ਉਹਨਾਂ ਦੇ ਪਿੱਛੇ ਸਾਧ ਸੰਗਤ ਦੀ ਬਹੁਤ ਵੱਡੀ ਭਾਵਨਾ ਛਿਪੀ ਹੁੰਦੀ ਹੈ। ਉਹਨਾਂ ਨੇ ਗੁਰੂ ਕੇ ਜਲਵੇ ਦੇਖੇ ਹੋਏ ਹੋਏ ਸਨ, ਗੁਰੂ ਕੀਆਂ ਬਖਸ਼ਿਸ਼ਾਂ ਉਹਨਾਂ ਨੇ ਤੱਕੀਆਂ ਹੋਈਆਂ ਹੋਈਆਂ ਸਨ। ਤਾਂ ਹੀ ਉਹ ਕਹਿੰਦੇ ਸਨ ਕਿ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਤੋਂ ਦੀ ਜੇ ਕੋਈ ਪੰਛੀ ਵੀ ਉੱਡ ਕੇ ਚਲਿਆ ਗਿਆ, ਉਹ ਵੀ ਮੁਕਤ ਹੋਏਗਾ ਇੱਕ ਸਮੇਂ। ਤੋ ਧੰਨ ਗੁਰੂ ਅਰਜਨ ਦੇਵ ਜੀ ਵੀ ਇਹ ਪਰਉਪਕਾਰ ਕਰ ਰਹੇ ਹੈ ਵੀ ਜੇ ਕੋਈ ਬਈ ਪਾਪੀ ਵੀ ਇੱਥੇ ਰਹਿੰਦਾ ਨਾ, ਬੇਖੌਫ ਹੋ ਕੇ, ਬੇਡਰ ਹੋ ਕੇ, ਕਿਉਂਕਿ ਬੰਦਾ ਪਾਪ ਉਦੋਂ ਹੀ ਕਰਦਾ ਨਾ ਜਦੋਂ ਪਰਮੇਸ਼ਰ ਦਾ ਬੰਦੇ ਦੇ ਮਨ ਵਿੱਚ ਕੋਈ ਡਰ ਭੈ ਨਾ ਹੋਵੇ। ਕਹਿੰਦੇ ਜਿਹਨਾਂ ਨੂੰ ਗੁਰੂ ਕਾ ਡਰ ਭੈ ਨਹੀਂ, ਜੇ ਉਹ ਫਿਰ ਵੀ ਪਾਪ ਕਰਦੇ ਆ ਨਾ, ਉਹਨਾਂ ਉੱਤੇ ਸ਼੍ਰੀ ਗੁਰੂ ਰਾਮਦਾਸ ਜੀ ਇੰਨੇ ਦਿਆਲੂ ਕਿਰਪਾਲੂ ਹਨ, ਦਇਆ ਦੇ ਸਾਗਰ ਹਨ, ਉਹਨਾਂ ਨੂੰ ਦੁਬਾਰਾ ਇੱਥੇ ਟੇਢੀਆਂ ਜੂਨਾਂ ਵਿੱਚ ਹੀ ਜਨਮ ਦੇ ਕੇ ਆਪਣੇ ਕੋਲ ਹੀ ਰੱਖਣਗੇ ਔਰ ਇੱਥੇ ਰੱਖ ਕੇ ਉਹਨਾਂ ਦਾ ਪਿਛਲੇ ਜਨਮਾਂ ਦੇ ਪਾਪਾਂ ਦਾ ਪੂਰਾ ਲੇਖਾ ਹਿਸਾਬ ਕਿਤਾਬ ਜਦੋਂ ਨਿਬੜ ਗਿਆ, ਫਿਰ ਗੁਰਸਿੱਖਾਂ ਦੇ ਸੰਗਤਾਂ ਦੇ ਹਰਿਮੰਦਰ ਸਾਹਿਬ ਜੀ ਦੇ ਪ੍ਰੇਮੀਆਂ ਦੇ ਘਰਾਂ ਵਿੱਚ ਜਨਮ ਦੇਣਗੇ ਔਰ ਉਹ ਤੰਦਰੁਸਤੀ ਵਾਲਾ ਅਰੋਗ ਜੀਵਨ ਪ੍ਰਾਪਤ ਕਰਨਗੇ ਔਰ ਫਿਰ ਇੱਥੇ ਆ ਕੇ ਭਗਤੀ ਕਰਨਗੇ, ਸੇਵਾ ਕਰਨਗੇ ਔਰ ਫਿਰ ਮਹਾਰਾਜ ਗੁਰੂ ਰਾਮਦਾਸ ਜੀ ਉਹਨਾਂ ਨੂੰ ਮੁਕਤੀ ਦਾ ਦਾਨ ਬਖਸ਼ਿਸ਼ ਕਰਨਗੇ। ਐਸੀ ਵੱਡੀ ਕਿਰਪਾ ਕੌਣ ਕਰ ਸਕਦਾ ਜੈਸੀ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਉਸ ਪਾਵਨ ਧਰਤੀ ਉੱਤੇ ਕੀਤੀ ਹੈ। ਛੁੱਟੇ 84 ਗੌਨ ਨਾ ਹੋਏ, ਉਹਨਾਂ ਦੀ 84 ਮੁੱਕ ਜਾਏਗੀ, ਮੁੜ ਕੇ ਆਉਣਾ ਜਾਣਾ ਨਹੀਂ ਹੋਏਗਾ, ਭਾਵ ਮੁਕਤੀ ਮਿਲ ਜਾਏਗੀ ਉਹਨਾਂ ਨੂੰ।
ਸੁਣ ਸਭ ਸਿੱਖਨ ਸੀਸ ਨਿਵਾਇਓ। ਭਾਈ ਸਾਰੇ ਸਿੱਖਾਂ ਨੇ ਐਸੇ ਮਹਾਨ ਬਖਸ਼ਿਸ਼ਾਂ ਭਰੇ ਵਰਦਾਨ ਬਚਨ ਸੁਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸਿਰ ਝੁਕਾਇਆ। ਧੰਨ ਗੁਰੂ ਤੀਰਥ ਪ੍ਰਗਟਾਇਓ। ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੇ ਮਹਾਨ ਗੁਰ ਤੀਰਥ ਇਸ ਮਾਤ ਲੋਕ ਦੀ ਧਰਤੀ 'ਤੇ ਪ੍ਰਗਟ ਕਰ ਦਿੱਤਾ ਹੈ। ਇਹ ਗੁਰਤੀਰਥ ਹਨ ਸ੍ਰੀ ਹਰਿਮੰਦਰ ਸਾਹਿਬ। ਸੋ ਇਸ ਲਈ ਸਤਿਗੁਰੂ ਜੀ ਦੀ ਮਹਿਮਾ ਸਾਰੇ ਗੁਰਸਿੱਖਾਂ ਨੇ ਝੁੱਕ ਝੁੱਕ ਕੇ ਨਮਸਕਾਰਾਂ ਕਰਕੇ ਆਪਣੇ ਮੁਖਾਰ ਬਿੰਦ ਤੋਂ ਗੁਰੂ ਕਾ ਇਹ ਮਹਾਨ ਪਰਉਪਕਾਰ ਜਾਣ ਕੇ ਸਿਰ ਝੁਕਾਏ ਹਨ। ਦੋਹਰਾ ਕਾਲੋ ਸੀ ਬੱਡ ਸੂਰਮਾ। ਅਗਲਾ ਪ੍ਰਸੰਗ ਚੱਲਿਆ ਹੈ। ਕਾਲੋ, ਭਾਈ ਕਾਲੋ ਸੀ ਬੜਾ ਭਾਰੀ ਸੂਰਮਾ ਯੋਧਾ ਸੀ। ਕੱਕਾ ਜਿਸ ਕੀ ਜਾਤ, ਕੱਕਾ ਜਾਤੀ ਦੇ ਵਿੱਚੋਂ ਹੈ ਇਹ ਮਹਾਨ ਯੋਧਾ। ਸ਼੍ਰੀ ਅਰਜਨ ਕੋ ਨਮੋ ਕਰ। ਧੰਨ ਗੁਰੂ ਅਰਜਨ ਦੇਵ ਜੀ ਨੂੰ ਆਇਆ ਨਮਸਕਾਰ ਕੀਤੀ, ਮੱਥਾ ਟੇਕਿਆ। ਪੂਜਤ ਭਇਓ ਬਿਰਤਾਂਤ। ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸਮਾਂ ਵੀ ਨਹੀਂ ਉਡੀਕਿਆ ਕਿ ਵਾਰੀ ਮਿਲੂ, ਖੜ ਕੇ ਬੇਨਤੀ ਕਰਨ ਲੱਗ ਗਿਆ। ਉਦੋਂ ਹੀ ਸੱਚੇ ਪਾਤਸ਼ਾਹ, ਮੇਰੀ ਬੇਨਤੀ ਪਹਿਲਾਂ ਸੁਣੋ, ਬਾਕੀ ਦੀਆਂ ਬਾਅਦ ਵਿੱਚ ਸੁਣਿਓ। ਮੇਰੀ ਬੇਨਤੀ ਵੱਲ ਧਿਆਨ ਦਿਓ। ਮਹਾਰਾਜ ਕਹਿਣ ਲੱਗੇ, ਹਾਂ ਭਾਈ ਦੱਸ, ਕੀ ਤੇਰੀ ਇੱਛਾ ਹੈ ਗੁਰਮੁਖਾ? ਉਸ ਵਕਤ ਸਤਿਗੁਰਾਂ ਨੂੰ ਪੁੱਛਣ ਲੱਗਾ ਭਾਈ ਕਾਲੋ। ਜਾਉ ਭਈ ਮਰਹ ਜੁਦ ਮਹਿ ਜੋਦਾ ਜੋਏ। ਜਿਹੜਾ ਕਰਤੱਬ ਕਰਦਾ ਉਹਨੇ ਆਪਣੇ ਕਰਤੱਬ ਬਾਰੇ ਪੁੱਛਣਾ ਨਾ ਸਤਿਗੁਰੂ ਨੂੰ। ਕਹਿਣ ਲੱਗਾ, ਮਹਾਰਾਜ ਜਿਹੜਾ ਸੂਰਮਾ, ਜਿਹੜਾ ਜੋਧਾ ਜੰਗ ਵਿੱਚ ਲੜ ਕੇ ਵੈਰੀਆਂ ਨਾਲ ਜੂਝ ਕੇ ਮਰ ਜਾਂਦਾ ਹੈ, ਕੋ ਪਦ ਤਿਸ ਕੋ ਪ੍ਰਾਪਤ ਹੋਏ। ਮੈਂ ਤਾਂ ਆਪਣੇ ਮਤਲਬ ਦੀ ਗੱਲ ਪੁੱਛਣੀ ਹੈ, ਸੱਚੇ ਪਾਤਸ਼ਾਹ ਨੂੰ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ, ਉਹ ਕਿੱਥੇ ਜਾਂਦਾ ਹੈ? ਕਹਾਂ ਜਾਏ ਸੁਖ ਕੇਤਕ ਪਾਵੇ। ਉਹ ਕਿੱਥੇ ਜਾਂਦੀ ਹੈ ਉਹਦੀ ਆਤਮਾ, ਉਹਦੀ ਰੂਹ, ਤੇ ਕਿੰਨਾ ਕੁ ਉਹਨੂੰ ਸੁਖ ਮਿਲਦਾ ਹੈ ਅਗਲੇ ਜਨਮ ਵਿੱਚ ਕਹਿ ਲਓ, ਜਾਂ ਉਹਦੀ ਰੂਹ ਨੂੰ ਜਿੱਥੇ ਅੱਗੇ ਜਾਂਦੀ ਹੈ ਕਿੰਨਾ ਕੁ ਸੁੱਖ ਪ੍ਰਾਪਤ ਹੁੰਦਾ ਹੈ? ਸੁਣ ਸ਼੍ਰੀ ਮੁਖ ਤੇ ਤਾਹੇ ਬਤਾਵੇ। ਪਾਵਨ ਮੁਖਾਰ ਬਿੰਦ ਤੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਕਿ ਬਾਹਲਾ ਹੀ ਨਿਸ਼ਕਪਟ ਸਿੱਖ ਹੈ, ਸੱਚਾ ਸੁੱਚਾ, ਸਿੱਧਾ ਹੀ ਬਚਨ ਪੁੱਛ ਲਿਆ ਆ ਕੇ। ਉਸ ਵਕਤ ਮਹਾਰਾਜ ਉੱਤੇ ਦਿਆਲਤਾ ਦੇ ਘਰ ਵਿੱਚ ਆਏ। ਸੂਰਮੇ ਜਿਹੜੇ ਯੋਧੇ ਹੁੰਦੇ ਆ ਨਾ ਸਾਧ ਸੰਗਤ ਜੀ, ਉਹ ਨਿਸ਼ਕਪਟੀ ਹੋਇਆ ਕਰਦੇ, ਉਹਨਾਂ ਦਾ ਹਿਰਦਾ ਬੜਾ ਸ਼ੁੱਧ ਹੁੰਦਾ, ਬੜਾ ਨਿਰਛਲ ਹੁੰਦਾ ਸੂਰਮਿਆਂ ਦਾ ਹਿਰਦਾ, ਯੋਧਿਆਂ ਦਾ, ਬਹਾਦਰਾਂ ਦਾ, ਸ਼ੂਰ ਵੀਰਾਂ ਦਾ। ਉਹਨਾਂ ਦੇ ਮਨ ਵਿੱਚ ਬਲ ਛਲ ਨਹੀਂ ਹੁੰਦੇ, ਕੋਈ ਫਰੇਬ ਨਹੀਂ ਉਹਨਾਂ ਦੇ ਮਨ ਵਿੱਚ ਹੁੰਦਾ। ਸ਼ਹੀਦੀ ਦੇਣ ਵਾਲੇ, ਸ਼ੁੱਧ ਹਿਰਦੇ ਵਾਲੇ ਸ਼ਹੀਦੀਆਂ ਦੇ ਸਕਦੇ ਹੈ। ਮਹਾਂਪੁਰਖਾਂ ਦੇ ਨਾਲ ਸਾਧ ਸੰਗਤ ਜੀ ਕੈਸੇ ਕੈਸੇ ਗੁਰਸਿੱਖ ਸਨ, ਭਾਈ ਦਲਵੀਰ ਸਿੰਘ ਜੀ ਅਭਿਆਸੀ ਵਰਗੇ ਸੂਰਮੇ, ਬਾਬਾ ਠਾਰਾ ਸਿੰਘ ਜੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਔਰ ਜਨਰਲ ਸੁਬੇਗ ਸਿੰਘ ਜੀ, ਜਥੇਦਾਰ ਰਾਮ ਸਿੰਘ ਜੀ ਚੁਲੱਦਾ ਸੁਲਤਾਨਪੁਰੀ, ਇਸ ਤੋਂ ਇਲਾਵਾ ਹੋਰ ਅਣਗਿਣਤ ਸਿੰਘ, ਹਜ਼ੂਰ ਸਾਹਿਬ ਤੋਂ ਸਿੰਘ ਆਏ ਕਾਰ ਸੇਵਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲੰਗਰ ਸਾਹਿਬ ਤੋਂ, ਸਿੱਧਾ ਹੀ ਆ ਕੇ ਸੰਤਾਂ ਨੂੰ ਬੇਨਤੀ ਕੀਤੀ। 40 ਦੇ ਲਗਭਗ ਸਿੰਘ ਸਨ। ਕਹਿਣ ਲੱਗੇ, ਜੀ ਹਜ਼ੂਰ ਸਾਹਿਬ ਤੋਂ ਆਏ ਹਾਂ ਤੁਹਾਡੇ ਪਾਸ, ਹਰਿਮੰਦਰ ਸਾਹਿਬ ਅਸੀਂ ਸ਼ਹੀਦੀਆਂ ਦੇਣੀਆਂ, ਸਾਡਾ ਜੀਵਨ ਲੇਖੇ ਲਾ ਲਓ ਧਰਮ ਦੀ ਖਾਤਰ। ਇਹ ਹੁੰਦੇ ਆ ਸੂਰਮਿਆਂ ਦੀ ਅਵਸਥਾ, ਸੂਰਮਿਆਂ ਦਾ ਜੀਵਨ,
ਬਹਾਦਰਾਂ ਦਾ ਵੀਰਤਾ ਪੂਰਵ ਅਡੋਲ ਨਿਸ਼ਚਾ ਭਰੋਸਾ ਗੁਰੂ ਦੇ ਉੱਤੇ। ਇਸ ਕਰਕੇ ਇਹ ਸਿੱਖ ਨੇ ਪੁੱਛਿਆ, ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਗੁਰਮੁਖ ਨੂੰ ਦੱਸਿਆ ਹੈ, ਧਰਮ ਵੀਰਤਾ ਜਿਸ ਨੇ ਧਾਰਾ, ਜਿਸ ਨੇ ਭਾਈ ਇਹ ਧਰਮ ਸੂਰਮ ਗਤੀ ਦਾ ਧਾਰਿਆ ਹੋਇਆ ਹੈ। ਧਰਮ ਸ਼ਬਦ ਬਹੁਤ ਥਾਵਾਂ 'ਤੇ ਪ੍ਰਯੋਗ ਵਿੱਚ ਆਉਂਦਾ। ਆਪਾਂ ਕਹਿੰਦੇ ਹਾਂ ਵੀ ਭਾਈ ਖੇਤੀ ਕਰਨਾ ਮੇਰਾ ਧਰਮ ਹੈ, ਦੁਕਾਨ ਕਰਨੀ ਮੇਰਾ ਧਰਮ ਹੈ, ਨੌਕਰੀ ਕਰਨੀ ਮੇਰਾ ਧਰਮ ਹੈ, ਮਾਤਾ ਪਿਤਾ ਦਾ ਆਹ ਧਰਮ ਹੈ, ਪੁੱਤਰ ਦਾ ਆਹ ਧਰਮ ਹੈ। ਇਹ ਸ਼ਬਦ ਹਰ ਥਾਂ 'ਤੇ ਲੱਗ ਜਾਂਦਾ। ਇਸ ਨੂੰ ਸੌਖਿਆਂ ਸਮਝਣ ਵਾਸਤੇ ਇਸ ਤਰ੍ਹਾਂ ਇਹਨੂੰ ਕਹਿ ਲਓ ਕਿ ਬਈ ਜ਼ਿਮੀਂਦਾਰ ਦਾ ਫਰਜ਼ ਕੀ ਹੈ, ਸੂਰਮੇ ਦਾ ਫਰਜ਼ ਕੀ ਹੈ, ਸੌਖਾ ਸਮਝ ਆ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ੂਰ ਵੀਰਤਾ ਦਾ ਧਰਮ, ਬਹਾਦਰੀ ਕਰਨ ਵਾਲਾ, ਜੂਝਣ ਵਾਲਾ ਧਰਮ ਧਾਰਿਆ ਹੋਇਆ, ਜਿਹੜੇ ਬਹਾਦਰ ਹਨ, ਸੂਰਮੇ ਹਨ, ਯੋਧੇ ਹਨ, ਸੂਰਮੇ ਦਾ ਧਰਮ ਕੀ ਹੈ? ਨਿਰਭੈ ਰਹਿਣ ਸੰਗਰਾਮ ਮਝਾਰਾ, ਜਿਹੜਾ ਸੰਗਰਾਮ ਜੰਗ ਦੇ ਵਿੱਚ ਨਿਰਭੈ ਹੋ ਕੇ, ਬੇਡਰ ਹੋ ਕੇ, ਕਦੇ ਭੈ ਭੀਤ ਨਹੀਂ ਹੁੰਦਾ, ਕਦੇ ਡਰਦਾ ਨਹੀਂ, ਕਦੇ ਘਬਰਾਉਂਦਾ ਨਹੀਂ। ਸਾਧ ਸੰਗਤ ਜੀ, ਕਈ ਵਾਰੀ ਜਥੇ ਦੇ ਸਿੰਘਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਾਸ ਚਿੰਤਾ ਪ੍ਰਗਟ ਕਰਨੀ, ਚਿੰਤਾ ਵੀ ਸਾਧ ਸੰਗਤ ਜੀ ਵਫਾਦਾਰ ਅਤੇ ਇਮਾਨਦਾਰ ਲੋਕ ਹੀ ਮਨ ਵਿੱਚ ਪ੍ਰਗਟ ਕਰਦੇ ਆ। ਕਿਸੇ ਦੀ ਕੋਈ ਚਿੰਤਾ ਬਗਾਨਾ ਨਹੀਂ ਕਦੇ ਰੱਖਦਾ ਮਨ ਵਿੱਚ, ਆਪਣੇ ਹੀ ਚਿੰਤਾ ਹੁੰਦੀ ਆਪਣਿਆਂ ਦੇ ਮਨ ਵਿੱਚ ਹੀ, ਆਪਣਿਆਂ ਦੇ ਮਨ ਵਿੱਚ ਹੀ ਫਿਕਰ ਹੁੰਦਾ, ਆਪਣਿਆਂ ਦੇ ਮਨ ਵਿੱਚ ਹੀ ਸੋਚ ਹੁੰਦੀ ਹੈ ਵੀ ਆਹ ਗੱਲ ਇਸ ਤਰ੍ਹਾਂ ਹੋ ਰਹੀ ਹੈ, ਇਹਦੇ ਆਹ ਨੁਕਸਾਨ ਹਨ, ਕੀ ਬਣੇਗਾ। ਸਿੰਘਾਂ ਨੇ ਕਹਿਣਾ, ਮਹਾਂਪੁਰਖੋ, ਹਿੰਦੁਸਤਾਨ ਦੀ ਹਕੂਮਤ ਨਾਲ ਆਪਾਂ ਟੱਕਰ ਲਈ ਬੈਠੇ ਹਾਂ, ਹੁਣ ਕੀ ਬਣੇਗਾ ਅੱਗੇ? ਇਹ ਸਿੰਘਾਂ ਨੇ ਕਈ ਵਾਰ ਬੈਠ ਕੇ ਵਿਚਾਰਾਂ ਕਰਨੀਆਂ ਸੰਤਾਂ ਨਾਲ। ਸੰਤਾਂ ਨੇ ਕਹਿਣਾ, ਭਾਈ ਕਲਗੀਧਰ ਪਾਤਸ਼ਾਹ ਜੀ ਦਾ ਇਹ ਬਚਨ ਹੈ, ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋ ਜਬ ਡਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ, ਹੇ ਲਾਲ ਚਹੋ ਗੁਣ ਤਾਉ ਚਰੋ, ਜਬ ਆਪ ਕੀ ਔਦ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਸਿੱਖਾਂ ਨੇ ਆ ਕੇ ਕਹਿਣਾ, ਹਿੰਦੁਸਤਾਨ ਦੀ ਹਕੂਮਤ ਹੈ, ਹਕੂਮਤਾਂ ਨਾਲ ਲੜਨਾ ਬੜਾ ਔਖਾ ਹੁੰਦਾ, ਹਕੂਮਤਾਂ ਨਾਲ ਕੋਈ ਲੜ ਨਹੀਂ ਸਕਦਾ। ਮਹਾਂਪੁਰਖ ਕਹਿਣ ਲੱਗੇ, ਭਾਈ ਜੇ ਹਕੂਮਤਾਂ ਤੋਂ ਡਰਦੇ ਤਾਂ ਧੰਨ ਗੁਰੂ ਨਾਨਕ ਸਾਹਿਬ ਬਾਬਰ ਨੂੰ ਜਾਬਰ ਕਿਉਂ ਕਹਿੰਦੇ ਏਮਨਾਬਾਦ ਦੀ ਧਰਤੀ 'ਤੇ? ਜੇ ਹਕੂਮਤਾਂ ਤੋਂ ਪਹਿਲੇ ਪਾਤਸ਼ਾਹ ਹੀ ਡਰ ਜਾਂਦੇ ਤਾਂ ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਸ਼ਬਦ ਬਾਬਰ ਨੂੰ ਕਿਉਂ ਸਤਿਗੁਰੂ ਜੀ ਆਖਦੇ? ਜੇ ਹਕੂਮਤਾਂ ਤੋਂ ਡਰਦੇ ਹੁੰਦੇ ਤਾਂ ਗੁਰੂ ਅੰਗਦ ਦੇਵ ਜੀ ਫੁੱਲਾਂ ਦਾ ਹਾਰ ਲੈ ਕੇ ਸ਼ੇਰ ਸ਼ਾਹ ਸ਼ੂਰੀ ਤੋਂ ਡਰ ਕੇ ਭੱਜ ਕੇ ਹਮਾਇਉਂ ਬਾਦਸ਼ਾਹ ਆਇਆ ਤਾਂ ਉਹਦੇ ਗਲ ਵਿੱਚ ਪਾ ਦਿੰਦੇ, ਜਾ ਕੇ ਸਿਰ ਝੁਕਾ ਦਿੰਦੇ। ਮੱਲ ਅਖਾੜਾ ਸਾਹਿਬ ਉਹ ਡੋਲ ਹੀ ਬੈਠੇ ਰਹੇ, ਪਰਵਾਹੀ ਨਹੀਂ ਕੀਤੀ। ਸ਼ੇਰ ਸ਼ਾਹ ਸ਼ੂਰੀ ਨੂੰ ਇੰਨਾ ਕ੍ਰੋਧ ਆਇਆ ਕਿ ਦਿੱਲੀ ਦਾ ਤਖ਼ਤ ਜੇ ਸ਼ੇਰ ਸ਼ਾਹ ਸ਼ੂਰੀ ਨੇ ਖੋਹ ਲਿਆ, ਹੈ ਤਾਂ ਮੈਂ ਦਿੱਲੀ ਦਾ ਬਾਦਸ਼ਾਹ ਸੀ, ਇਹ ਫਕੀਰ ਅੱਜ ਮੇਰੇ ਕੋਲੋਂ ਤਖ਼ਤ ਖੁੱਸ ਗਿਆ, ਮੇਰਾ ਸਤਿਕਾਰ ਕਰਨ ਵਾਸਤੇ ਵੀ ਇਹਨੇ ਕੋਈ ਦੁਆ ਸਲਾਮ ਨਹੀਂ ਕੀਤੀ,
ਮਿਆਨ ਵਿੱਚੋਂ ਤਲਵਾਰ ਕੱਢ ਕੇ ਸਤਿਗੁਰਾਂ 'ਤੇ ਵਾਰ ਕਰਨ ਲੱਗਾ ਵੀ ਸਤਿਗੁਰਾਂ ਨੂੰ ਥਾਂ ਹੀ ਮਾਰ ਦਿਆਂ। ਮੁੱਠੇ ਨਾਲ ਹੀ ਹੱਥ ਜੜ ਗਿਆ, ਸਾਧ ਸੰਗਤ ਜੀ ਜੁੜਿਆ ਗਿਆ, ਤਲਵਾਰ ਮਿਆਨ ਵਿੱਚੋਂ ਨਹੀਂ ਨਿਕਲੀ, ਛਿੱਥਾ ਪੈ ਗਿਆ, ਤਰੇਲੀਆਂ ਆਉਣ ਲੱਗ ਗਈਆਂ। ਮਹਾਰਾਜ ਉੱਤੇ ਨੂੰ ਨਿਗਾਹ ਕਰਕੇ ਕਹਿੰਦੇ, ਹਮਾਇਓ ਜਿੱਥੇ ਤਲਵਾਰ ਚੱਲਣੀ ਸੀ ਉੱਥੇ ਤਾਂ ਚੱਲੀ ਨਹੀਂ, ਬਿੱਲੀ ਬਣ ਕੇ ਉੱਥੋਂ ਭੱਜ ਕੇ ਆ ਗਿਆ ਗਿੱਦੜਾਂ ਦੀ ਤਰ੍ਹਾਂ। ਗੁਰੂ ਨਾਨਕ ਸਾਹਿਬ ਦੇ ਘਰ 'ਤੇ ਅੱਜ ਤੂੰ ਵਾਰ ਕਰਨ ਵਾਸਤੇ ਸੋਚ ਲਿਆ? ਇਹ ਨਿਰਭੈਤਾ ਸੀ ਧੰਨ ਗੁਰੂ ਅੰਗਦ ਦੇਵ ਜੀ ਦੀ। ਅਤੇ ਧੰਨ ਗੁਰੂ ਅਮਰਦਾਸ ਜੀ ਜੇ ਹਕੂਮਤਾਂ ਦਾ ਡਰ ਭੈ ਮੰਨਦੇ ਤਾਂ ਸਾਧ ਸੰਗਤ ਜੀ, ਫਿਰ ਅਕਬਰ ਨੇ ਜਦੋਂ ਦਿੱਲੀ ਤੋਂ ਆਇਆ ਮਾਮਲਾ ਟੈਕਸ ਪੰਜਾਬ ਦਾ ਗਰਾਉਣ ਵਾਸਤੇ, ਸਤਿਗੁਰਾਂ ਨੂੰ ਸੁਨੇਹਾ ਭੇਜਿਆ ਕਿ ਮੈਂ ਸਾਰੇ ਪੰਜਾਬ ਦਾ ਮਾਲੀਆ ਟੈਕਸ ਲੈ ਕੇ ਜਾਣਾ ਔਰ ਤੁਹਾਡੇ ਕੋਲੋਂ ਵੀ ਲੈਣਾ। ਮਹਾਰਾਜ ਕਹਿੰਦੇ ਸੀ ਕੋਈ ਸੰਗਤਾਂ ਕੋਲੋਂ ਮਾਮਲਾ ਧਨ ਆਦਿਕ ਜਾਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਕੋਈ ਨਕਦ ਰੋਕੜੀ ਜਾਂ ਰਸਤਾ ਨਹੀਂ ਲੈਂਦੇ, ਇੱਥੇ ਤਾਂ ਗੁਰੂ ਕੀ ਸੰਗਤ ਰਸਤਾ ਲਿਆਉਂਦੀ ਹੈ, ਪਕਾਉਂਦੀ ਹੈ, ਛਕਦੀ ਹੈ ਔਰ ਸੇਵਾ ਕਰਦੀ ਹੈ। ਜੇ ਤੈਨੂੰ ਲੰਗਰ ਦੀ ਲੋੜ ਹੈ, ਲੰਗਰ 'ਚੋਂ ਪ੍ਰਸ਼ਾਦਾ ਛਕ ਲੈ, ਜੇ ਸਾਰੀ ਫੌਜ ਨਹੀਂ ਆ ਸਕਦੀ ਲੰਗਰ ਭੇਜ ਦਿੰਦੇ ਹਾਂ, ਕੋਈ ਟੈਕਸ ਨਹੀਂ ਅਸੀਂ ਦੇਵਾਂਗੇ। ਇਨਕਾਰ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਕੋਈ ਭੈ ਨਹੀਂ ਮੰਨਿਆ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਉੱਤੇ ਪਿਰਥੀਏ ਨੇ ਕਿੰਨੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਚੌਥੇ ਪਾਤਸ਼ਾਹ ਜੀ ਨੂੰ ਭੈ ਭੀਤ ਕਰਨ ਵਾਸਤੇ ਬੜਾ ਡਰਾਇਆ ਧਮਕਾਇਆ ਪਿਰਥੀਏ ਨੇ। ਸਤਿਗੁਰੂ ਜੀ ਨਿਰਭੈ ਰਹੇ। ਜੇ ਹਕੂਮਤਾਂ ਦਾ ਡਰ ਹੁੰਦਾ ਤਾਂ ਧੰਨ ਗੁਰੂ ਅਰਜਨ ਦੇਵ ਜੀ ਤੱਤੀ ਲੋਹ 'ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਨਾ ਪਾਉਂਦੇ। ਔਰ ਜੇ ਛੇਵੇਂ ਪਾਤਸ਼ਾਹ ਦਿੱਲੀ ਅਤੇ ਲਾਹੌਰ ਦੀ ਹਕੂਮਤ ਤੋਂ ਡਰਦੇ, ਫਿਰ ਚਾਰ ਯੁੱਧ ਨਾ ਕਰਦੇ, ਸਮਝੌਤਾ ਹੀ ਕਰ ਲੈਂਦੇ। ਸੱਤਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਿਰਾਜ ਸਾਹਿਬ ਅਤੇ ਔਰੰਗਜ਼ੇਬ ਨੇ ਬਲੇਮ ਲਾਇਆ, ਤੁਸੀਂ ਦਾਰਾ ਸ਼ਿਕੋਹ ਨੂੰ ਪਨਾਹ ਦਿੱਤੀ ਹੈ, ਤੁਸੀਂ ਸਰਕਾਰ ਦੇ ਗੁਨਾਹਗਾਰ ਹੋ, ਇਸ ਕਰਕੇ ਤੁਹਾਡੀ ਜਵਾਬ ਤਲਬੀ ਕੀਤੀ ਜਾਏਗੀ। ਸਤਿਗੁਰੂ ਕਹਿਣ ਲੱਗੇ, ਦਾਰਾ ਸ਼ਿਕੋਹ ਫਕੀਰਾਂ ਦਾ ਪ੍ਰੇਮੀ ਹੈ, ਗੁਰੂ ਘਰ ਵਿੱਚ ਆਇਆ, ਦਰਸ਼ਨ ਕਰਨ ਆਇਆ ਅਤੇ ਇਸ ਘਰ ਵਿੱਚ ਕੋਈ ਵੀ ਆ ਸਕਦਾ, ਕੋਈ ਤੇਰੇ ਰਾਜ ਦਰਬਾਰ ਵਿੱਚ ਆ ਕੇ ਕੋਈ ਜਵਾਬ ਤਲਬੀ ਨਹੀਂ ਕਰਾਂਗੇ। ਜੇ ਤੈਨੂੰ ਕੋਈ ਭੁਲੇਖਾ ਹੈ ਤਾਂ ਜੋ ਤੇਰਾ ਮਨ ਕਰਦਾ ਕਰਕੇ ਵੇਖ ਲੈ। ਅੱਠਵੇਂ ਪਾਤਸ਼ਾਹ ਜੀ ਔਰੰਗਜ਼ੇਬ ਤੋਂ ਡਰਦੇ, ਪਾਲਕੀ ਸੋਨੇ ਦੀ ਭੇਜੀ ਸੀ ਕਿ ਮੇਰੇ ਮਹਿਲਾਂ ਵਿੱਚ ਲੈ ਕੇ ਆਓ, ਪਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਨੌਵੇਂ ਪਾਤਸ਼ਾਹ ਜੀ ਹਕੂਮਤਾਂ ਤੋਂ ਡਰਦੇ ਤਾਂ ਦਿੱਲੀ ਜਾ ਕੇ ਸੀਸ ਨਾ ਦਿੰਦੇ। ਦਸਮ ਪਾਤਸ਼ਾਹ ਜੀ ਹਕੂਮਤਾਂ ਤੋਂ ਡਰਦੇ ਤਾਂ ਭਾਈ ਅਨੰਦਪੁਰ ਸਾਹਿਬ ਦੇ ਘੇਰੇ ਕਾਹਨੂੰ ਪਾਉਂਦੇ, ਕਾਹਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਯੁੱਧ ਕਰਦੇ, ਮੁਕਤਸਰ ਸਾਹਿਬ ਦੇ ਜੰਗ ਕਿਉਂ ਲੜਦੇ? ਮਹਾਂਪੁਰਖ ਕਹਿਣ ਲੱਗੇ, ਗੁਰੂ ਕਾ ਸਿੱਖ ਹਕੂਮਤਾਂ ਤੋਂ ਨਹੀਂ ਡਰਦਾ, ਹਕੂਮਤਾਂ ਜ਼ੁਲਮ ਕਰਦੀਆਂ, ਸਿੱਖ ਜ਼ੁਲਮ ਦਾ ਮੁਕਾਬਲਾ ਕਰਦਾ, ਇਸ ਕਰਕੇ ਹਕੂਮਤਾਂ ਤੋਂ ਡਰਨਾ ਕਿਸ ਵਾਸਤੇ ਹੈ? ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਈ, ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਸੀਸ ਹੋਈ ਤਾਂ 72 ਘੰਟੇ
ਇਹ ਸਮੇਂ ਦੀ ਹਕੂਮਤ ਦੀ ਮਿਲਟਰੀ ਨੂੰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਨਾਪਾਕ ਕਦਮ ਨਹੀਂ ਪਾਉਣ ਦੇਵਾਂਗੇ। ਇਹ ਆ ਅਸਲੀ ਸੂਰਮਤਾਈ, ਨਿਰਭਉ ਜਪੈ ਸਗਲ ਭਉ ਮਿਟੈ। ਜਿਨ੍ਹਾਂ ਦੇ ਅੰਦਰ ਨਾਮ ਦੀ ਕਣੀ ਹੈ, ਨਾਮ ਦਾ ਖਜ਼ਾਨਾ, ਜਿਨ੍ਹਾਂ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਨਾਮ ਦੀ ਤਾਕਤ ਹੈ, ਬਾਣੀ ਦੀ ਤਾਕਤ ਹੈ, ਸਿਮਰਨ ਦੀ ਤਾਕਤ ਹੈ ਭਾਈ, ਉਹ ਸਦਾ ਹੀ ਨਿਰਭੈ ਰਹਿੰਦੇ ਹਨ। ਇਸ ਕਰਕੇ ਸੂਰਮੇ ਦਾ ਧਰਮ ਹੈ ਜੰਗ ਦੇ ਵਿੱਚ ਨਿਰਭੈ ਰਹਿਣਾ, ਡਰਨਾ ਨਹੀਂ, ਵੈਰੀ ਦੇ ਸਾਹਮਣੇ ਹਿੱਕ ਤਾਣ ਕੇ ਖੜੋ ਜਾਣਾ, ਵੈਰੀ ਤੋਂ ਡਰਨਾ ਨਹੀਂ, ਭੈ ਭੀਤ ਨਹੀਂ ਹੋਣਾ ਕਦੇ ਵਾਸਤੇ। ਜੀਤਿਓ ਸਤਰ ਚਹਿਤ ਚਿਤ ਮਰਿਓ। ਕਹਿੰਦੇ ਚਿੱਤ ਵਿੱਚ ਚਾਹੁੰਦਿਆਂ ਹੋਇਆਂ ਕਿ ਵੈਰੀ ਨੂੰ ਮਾਰਨਾ ਹੀ ਮਾਰਨਾ, ਜਿਹੜਾ ਚੜ੍ਹ ਕੇ ਆ ਗਿਆ ਜਬਰ ਜ਼ੁਲਮ ਕਰ ਰਿਹਾ। ਸੰਤ ਤਾਂ ਨਹੀਂ ਨਾ ਹਮਲਾ ਕਰਨ ਵਾਸਤੇ ਦਿੱਲੀ 'ਤੇ ਗਏ, ਦਿੱਲੀ ਆਈ ਹੈ ਨਾ ਉੱਥੇ ਹਮਲਾ ਕਰਨ ਵਾਸਤੇ। ਜੇ ਸਾਡੇ ਘਰ 'ਤੇ ਕੋਈ ਹਮਲਾ ਕਰਨ ਆ ਗਿਆ ਤਾਂ ਫਿਰ ਜਵਾਬ ਤਾਂ ਦੇਣਾ ਹੀ ਬਣਦਾ। ਆਨੰਦਪੁਰ ਸਾਹਿਬ 'ਤੇ ਵੀ ਹਮਲੇ ਕੀਤੇ, ਅੰਮ੍ਰਿਤਸਰ ਸਾਹਿਬ ਛੇਵੇਂ ਪਾਤਸ਼ਾਹ ਜੀ 'ਤੇ, ਹਰਗੋਬਿੰਦਪੁਰ ਸਾਹਿਬ, ਗੁਰੂ ਸਰ ਮਹਾਰਾਜ, ਕਰਤਾਰਪੁਰ ਸਾਹਿਬ, ਕਿੱਥੇ ਕਿੱਥੇ ਹਮਲਾ ਨੇ ਹਕੂਮਤਾਂ ਨੇ ਕੀਤਾ। ਜੇ ਚੜ੍ਹ ਕੇ ਆ ਗਿਆ ਫਿਰ ਜਵਾਬ ਤਾਂ ਦੇਣਾ ਹੀ ਹੈ ਨਾ। ਇਸ ਕਰਕੇ ਆਰਾਮ ਨਾਲ ਬੈਠੇ ਸੀ ਮਹਾਂਪੁਰਖ ਵੀ, ਸਾਧ ਸੰਗਤ ਜੀ ਕੋਈ ਜ਼ੁਲਮ ਔਰ ਧੱਕਾ ਤਾਂ ਨਹੀਂ ਕਰਦੇ ਸਨ। ਉਹ ਤਾਂ ਇਹੀ ਕਹਿ ਰਹੇ ਸਨ ਕਿ ਸਿੱਖਾਂ ਦੇ ਨਾਲ ਬੜੀ ਬੇਇਨਸਾਫੀ ਹੋਈ ਹੈ, ਸਿੱਖਾਂ ਨੂੰ ਸਿੱਖਾਂ ਦੇ ਹੱਕ ਦਿਓ, ਅਸੀਂ ਆਪਣੇ ਹੱਕ ਲੈਣੇ ਆ, ਕੋਈ ਅਸੀਂ ਜੋਰਾ ਡਬਰੀ ਤਾਂ ਨਹੀਂ ਕੁਝ ਮੰਗਦੇ ਤੁਹਾਡੇ ਕੋਲੋਂ। ਪਰ ਸਾਧ ਸੰਗਤ ਜੀ ਹਕੂਮਤ ਨੂੰ ਕੌਮ ਦੇ ਹੱਕਾਂ ਦੀ ਗੱਲ ਨਹੀਂ ਚੰਗੀ ਲੱਗੀ, ਹਮਲਾ ਕਰ ਦਿੱਤਾ ਔਰ ਨਿਰਭੈ ਹੋ ਕੇ ਮੁਕਾਬਲਾ ਕੀਤਾ। ਇੱਧਰ ਵੀ ਮਹਾਰਾਜ ਕਹਿੰਦੇ ਹੈ ਵੈਰੀ ਨੂੰ ਮਾਰਦਾ ਮਾਰਦਾ ਜ਼ੁਲਮ ਦਾ ਮੁਕਾਬਲਾ ਕਰਦਾ ਹੋਇਆ ਸੂਰਮਾ ਜਦੋਂ ਧਰਮ ਦੇ ਜੰਗ ਵਿੱਚ ਸ਼ਹਾਦਤ ਪਾ ਜਾਂਦਾ ਹੈ, ਮਰਦ ਜੇ ਸਤਨਾਮ ਔਰ ਧਰਿਓ, ਸ਼ਹੀਦ ਹੁੰਦਿਆਂ ਹੁੰਦਿਆਂ ਜੇ ਉਹਦੇ ਮੁੱਖ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਬਾਣੀ ਪੜ੍ਹਦਾ, ਨਾਮ ਜਪਦਾ, ਸਿਮਰਨ ਵਿੱਚ ਜੇ ਚਿੱਤ ਜੁੜਿਆ ਹੋਇਆ ਹੈ, ਪ੍ਰਾਪਤ ਹੋਤ ਪਰਮ ਗਤ ਸੋਏ। ਆਖੋ ਭਾਈ ਵਾਹਿਗੁਰੂ, ਮਹਾਰਾਜ ਕਹਿੰਦੇ ਐਸੇ ਸ਼ਹੀਦ ਨੂੰ, ਐਸੇ ਸੂਰਮੇ ਨੂੰ ਅੰਤ ਨੂੰ ਮੁਕਤੀ ਦੀ ਦਾਤ ਗੁਰਸਿੱਖੋ ਪ੍ਰਾਪਤ ਹੁੰਦੀ ਹੈ, ਮੁਕਤ ਹੋ ਜਾਂਦਾ। ਗੱਜ ਕੇ ਵਾਹਿਗੁਰੂ ਸ਼ਬਦ ਬੋਲਿਆ ਕਰੋ, ਚੁੱਪ ਕਰਕੇ ਨਾ ਬੈਠਿਆ ਕਰੋ। ਆਖੋ ਵਾਹਿਗੁਰੂ, ਆਖੋ ਭਾਈ ਵਾਹਿਗੁਰੂ, ਆਖੋ ਭਾਈ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਉਹ ਅੰਤ ਨੂੰ ਪਰਮ ਗਤੀ, ਜਿਹੜੀ ਮੁਕਤੀ। ਸੰਗਤ ਜੀ ਇੱਥੇ ਇੱਕ ਬੇਨਤੀ ਕਰਦੇ ਹਾਂ, ਕਿਸੇ ਧਰਮ ਦੇ ਵਿੱਚ ਸੂਰਮੇ ਨੂੰ ਮੁਕਤੀ ਨਹੀਂ ਮੰਨੀ। ਹਿੰਦੂ ਧਰਮ ਪ੍ਰਾਚੀਨ ਧਰਮ ਹੈ, ਉਹ ਕਹਿੰਦੇ ਜਦੋਂ ਕੋਈ ਬਹਾਦਰ ਵੀਰ ਗਤੀ ਨੂੰ ਪ੍ਰਾਪਤ ਹੋ ਗਿਆ, ਉਹ ਵੀਰ ਗਤੀ ਸ਼ਬਦ ਵਰਤਦੇ, ਆਪਾਂ ਸ਼ਹੀਦ ਕਹਿੰਦੇ ਹਾਂ, ਉਹ ਵੀਰ ਗਤੀ ਸ਼ਬਦ ਵਰਤਦੇ ਆ। ਕਹਿੰਦੇ ਜਦੋਂ ਕੋਈ ਸੂਰਮਾ ਜੰਗ ਵਿੱਚ ਜੂਝ ਗਿਆ ਨਾ, ਤਾਂ ਉਹ ਕਹਿੰਦੇ ਹੈ ਵੀ ਉਹ ਸਵਰਗ ਲੋਕ ਵਿੱਚ ਜਾਏਗਾ, ਮੁਕਤੀ ਨਹੀਂ ਹੋਏਗੀ। ਇਸਲਾਮ ਧਰਮ ਦੇ ਵਿੱਚ ਵੀ ਜਦੋਂ ਸ਼ਹੀਦ ਸ਼ਬਦ ਉੱਧਰੋਂ ਆਇਆ ਔਰ ਸ਼ਹੀਦ ਹੋ ਗਿਆ ਕਹਿੰਦੇ ਜਦੋਂ ਕੋਈ ਸੂਰਮਾ, ਤਾਂ ਉਹ ਕਹਿੰਦੇ ਬਹਿਸ਼ਤ ਵਿੱਚ ਜਾਏਗਾ। ਦੂਸਰੇ ਧਰਮ ਵੀ ਇਹੀ ਗੱਲ ਆਖਦੇ, ਮੁਕਤੀ ਨਹੀਂ ਕਿਸੇ ਨੇ ਮੰਨੀ ਕਿ ਸੂਰਮਾ ਸ਼ਹੀਦ ਮੁਕਤ ਹੋਏਗਾ।
ਇੱਕ ਤੁਹਾਡਾ ਘਰ ਹੈ ਗੁਰੂ ਘਰ, ਖਾਲਸਾ ਪੰਥ, ਸਿੱਖ ਪੰਥ। ਇਸ ਘਰ ਵਿੱਚ ਇਹ ਵੱਡੀ ਵਿਸ਼ੇਸ਼ਤਾ ਕਿ ਜਿਹੜਾ ਸ਼ਹੀਦ ਹੁੰਦਾ ਉਹ ਵੀ ਮੁਕਤ ਹੋ ਜਾਂਦਾ। ਬ੍ਰਹਮ ਗਿਆਨ ਜਿਹਨੂੰ ਪ੍ਰਾਪਤ ਹੋਇਆ ਨਾ, ਮੁਕਤ ਉਹੀ ਹੁੰਦਾ ਸੰਗਤ ਜੀ। ਪਰ ਸ਼ਹੀਦ ਵੀ ਮੁਕਤ ਹੈ ਜੇ ਧਰਮ ਦੀ ਖਾਤਰ ਨਿਸ਼ਕਾਮਤਾ ਦੇ ਨਾਲ ਉਹਨੇ ਸ਼ਹੀਦੀ ਦਿੱਤੀ ਹੈ। ਇਸ ਕਰਕੇ ਐਡੀ ਵੱਡੀ ਕਿਰਪਾ ਆਪਣੇ ਉੱਤੇ ਸਤਿਗੁਰਾਂ ਨੇ ਕੀਤੀ ਹੈ, ਨਾਮ ਜਪ ਕੇ ਵੀ ਮੁਕਤ ਹੁੰਦਾ ਗੁਰਸਿੱਖ ਅਤੇ ਸ਼ਹੀਦੀ ਦੇ ਕੇ ਵੀ ਮੁਕਤ ਹੋ ਜਾਂਦਾ। ਤੁਹਾਨੂੰ ਦੋਨੋਂ ਪੱਖ ਤੋਂ ਮੁਕਤੀ ਦਾ ਖਜ਼ਾਨਾ ਸਤਿਗੁਰੂ ਜੀ ਨੇ ਖੁੱਲ੍ਹਾ ਬਖਸ਼ਿਸ਼ ਕੀਤਾ, ਐਡੀ ਵੱਡੀ ਵਿਸ਼ੇਸ਼ਤਾ ਹੈ। ਔਰ ਇਹ ਬਚਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਦੀ ਪ੍ਰੋੜਤਾ ਦਸਮ ਪਿਤਾ ਜੀ ਨੇ ਵੀ ਕੀਤੀ ਆਪਣੀ ਬਾਣੀ ਵਿੱਚ। ਧੰਨ ਜੀਉ ਤਿਹ ਕੋ ਜਗ ਮੈਂ ਮੁਖਤੇ, ਹਰ ਚਿੱਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨ ਨਿਤ ਰਹਿ, ਜਿਸ ਨਾਮ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਹੈ ਤਨ ਬੁੱਧ ਸੰਦੀਪਕ ਜਿਉ ਜਿਆਰੈ, ਗਿਆਨੈ ਕੀ ਵਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਮਹਾਰਾਜ ਕਹਿੰਦੇ ਧੰਨ ਉਹ ਸੂਰਮੇ ਦਾ ਜੀਵਨ ਜਿਹੜਾ ਸਿਮਰਨ ਕਰਦਿਆਂ ਕਰਦਿਆਂ ਸ਼ਹੀਦੀ ਦੇ ਗਿਆ, ਉਹ ਧੰਨਤਾ ਦੇ ਯੋਗ ਹੈ, ਪੂਜਨ ਯੋਗ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹਨੇ ਨਿਸ਼ਕਾਮਤਾ ਨਾਲ ਨਾਮ ਜਪਦਿਆਂ ਸ਼ਹੀਦੀ ਦੇ ਦਿੱਤੀ ਨਾ, ਉਹ ਮੁਕਤ ਹੋ ਜਾਏਗਾ ਅੰਤ ਨੂੰ। ਜਨਮ ਜਨਮ ਕੇ ਪਾਪਨ ਖੋਏ, ਜਨਮਾਂ ਜਨਮਾਂ ਦੇ ਉਹਦੇ ਪਾਪ ਨਾਸ ਹੋ ਜਾਣਗੇ। ਬਿਨ ਸਿਮਰਨ ਰਿਸ ਰਿਪ ਪਰ ਧਾਰ। ਹੁਣ ਅਗਲੀ ਅਵਸਥਾ ਜਿਹਨੇ ਬਿਨਾਂ ਸਿਮਰਨ ਤੋਂ, ਬਿਨਾਂ ਨਾਮ ਤੋਂ, ਬਿਨਾਂ ਬਾਣੀ ਤੋਂ, ਬਿਨਾਂ ਜਾਪ ਤੋਂ ਵੈਰੀ ਦੇ ਉੱਤੇ ਬੀਰਸ ਧਾਰ ਕੇ ਮੁਕਾਬਲਾ ਕਰਨ ਲਈ ਮੈਦਾਨੇ ਜੰਗ ਵਿੱਚ ਡਟ ਗਿਆ ਹੈ। ਮਾਰ ਮਾਰ ਮੁਖ ਕਰਤ ਉਚਾਰ, ਮਾਰ ਲੋ ਕਹਿੰਦਾ ਨਿਰਭੈਤਾ ਦੇ ਨਾਲ ਵੈਰੀ ਨੂੰ ਮਾਰਨ ਵਾਸਤੇ ਦ੍ਰਿੜਤਾ ਨਾਲ ਅੱਗੇ ਕਦਮ ਵਧਾਈ ਜਾਂਦਾ, ਅੱਗੇ ਵੱਧ ਕੇ ਤੁਰਦਾ ਹੈ, ਇਉਂ ਨਿਰਭੈਤਾ ਦੇ ਬੋਲ ਉਚਾਰਦਾ ਗੱਜਦਾ ਹੈ। ਬਿਨਾਂ ਤਰਾਸ ਤੇ ਤਨ ਤਜ ਦੇ, ਕੋਈ ਡਰ ਨਹੀਂ ਹੈ ਮਨ ਵਿੱਚ, ਡਰ ਭੈ ਤੋਂ ਰਹਿਤ ਹੋ ਕੇ ਆਪਣੀ ਦੇਹੀ ਮੈਦਾਨੇ ਜੰਗ ਦੀ ਭੂਮੀ ਵਿੱਚ ਤਿਆਗ ਦਿੰਦਾ, ਸ਼ਹੀਦੀ ਦੇ ਦਿੰਦਾ ਹੈ। ਹੱਥ ਹੱਥ ਸ਼ਸਤਰ ਪ੍ਰਹਿਰਣ ਖੇਤ, ਰਣ ਭੂਮੀ ਦੇ ਵਿੱਚ ਵੈਰੀਆਂ ਨੂੰ ਮਾਰਦਾ ਮਾਰਦਾ ਪੁਰਜਾ ਪੁਰਜਾ ਕਟਾ ਕੇ ਆਪਣੀ ਧਰਮ ਦੇ ਮਾਰਗ ਤੇ ਧਰਮ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਜੋਗੀ ਸਮ ਭੇਦੇ ਰੱਬ ਮੰਡਲ, ਉਹਨੂੰ ਜੋਗੀਆਂ ਵਾਲੀ ਗਤੀ, ਜਿਵੇਂ ਜੋਗੀ ਸਾਧ ਸੰਗਤ ਜੀ ਦਸਮ ਦੁਆਰ ਵਿੱਚ ਪ੍ਰਾਣਾਂ ਨੂੰ ਟਿਕਾ ਕੇ ਬ੍ਰਹਮ ਰੰਧਰ ਨਾੜੀ ਨੂੰ ਫੋੜ ਕੇ, ਸੂਰਜ ਰੱਬ ਮੰਡਲ ਹੁੰਦਾ ਸੂਰਜ ਲੋਕ, ਸੂਰਜ ਲੋਕ ਨੂੰ ਵਿੰਨ ਕੇ, ਵਿੰਨ ਦਾ ਅਰਥ ਹੁੰਦਾ ਵਿੱਚ ਦੀ ਲੰਘ ਕੇ, ਸੂਰਜ ਲੋਕ ਨੂੰ ਵਿੰਨ ਕੇ ਉਹਦੀ ਗਤੀ ਭਾਵ ਉਹਦੀ ਰੂਹ ਜਿਹੜੀ ਆਤਮਾ ਹੈ ਅੱਗੇ ਚਲੀ ਜਾਂਦੀ ਹੈ ਜੋਗੀਆਂ ਦੀ ਤਰ੍ਹਾਂ। ਪਹੁੰਚੇ ਜਹਾਂ ਬਸੇ ਅਖੰਡਲ, ਉਹ ਉੱਥੇ ਪਹੁੰਚਦਾ ਜਿਹਨੂੰ ਸਵਰਗ ਲੋਕ ਕਿਹਾ ਜਾਂਦਾ ਹੈ, ਜਿਹੜਾ ਨਾਮ ਨਹੀਂ ਨਾ ਜਪਦਾ ਉਹ ਫਿਰ ਸਵਰਗ ਲੋਕ ਦੇ ਵਿੱਚ ਅੱਪੜ ਜਾਂਦੀ ਉਸ ਦੀ ਆਤਮਾ। ਗਨ ਬਿਰੰਗ ਨਾ ਸੇਵਤ ਆਏ, ਕਿਉਂਕਿ ਉਹਦੇ ਮਨ ਵਿੱਚ ਇੱਛਾ ਰਹਿ ਗਈ। ਜਿਹੜੇ ਸ਼ਹੀਦਾਂ ਦੀ ਅਸਥਾਨਾਂ ਦੀ ਕਈ ਵਾਰੀ ਆਪਾਂ ਸਨਮਾਨ ਸਤਿਕਾਰ ਪੂਜਾ ਕਰਦੇ ਹਾਂ ਨਾ, ਇਹ ਸ਼ਹੀਦਾਂ ਦੀ ਇੱਛਾ ਰਹੀ ਹੁੰਦੀ ਹੈ, ਪਰਮੇਸ਼ਰ ਉਹਨਾਂ ਦੀ ਇੱਛਾ ਪੂਰੀ ਕਰਦਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ। ਉਹ ਫਿਰ ਕਈ ਵਾਰੀ ਸ਼ਹੀਦ ਸਿੰਘ ਕਰੜਾ ਪਹਿਰਾ ਲਾ ਦਿੰਦੇ ਹੈ, ਫਿਰ ਉੱਥੇ ਜਾ ਕੇ ਸੇਵਾ ਕਰਨੀ ਪੈਂਦੀ ਹੈ।
ਦੁੱਖ ਵੀ ਉੱਥੋਂ ਦੂਰ ਹੁੰਦੇ ਆ। ਇਹ ਆਮ ਸ਼ਹੀਦ ਨਾ ਸਮਝ ਲਓ ਬੰਨਾਂ ਬੱਟਿਆਂ 'ਤੇ ਮੜੀਆਂ ਬਣਾ ਲਈਆਂ ਕਿ ਉਹ ਸ਼ਹੀਦ ਹੈ, ਫਲਾਨਾ ਸ਼ਹੀਦ ਹੈ। ਇਹ ਧਰਮ ਦੀ ਖਾਤਰ ਜਿਹੜੇ ਸ਼ਹੀਦ ਹੋਏ ਆ, ਇੱਕ ਉਹ ਸ਼ਹੀਦ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਚਾਰੇ ਸਾਹਿਬਜ਼ਾਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਵਰਗੇ ਸ਼ਹੀਦ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਜੀ ਜੈਸੇ ਐਸੇ ਕਰਨੀਆਂ ਵਾਲੇ ਸ਼ਹੀਦ, ਉਹਨਾਂ ਦੀ ਇੱਛਾ ਨਹੀਂ ਹੁੰਦੀ ਕੋਈ ਉੱਥੇ, ਉਹ ਸਾਡੀ ਇੱਛਾ ਪਰਮੇਸ਼ਰ ਪੂਰੀ ਕਰਦਾ ਉਹਨਾਂ ਦੀ ਥਾਂ 'ਤੇ, ਉਹਨਾਂ ਦੇ ਅਸਥਾਨਾਂ ਦੇ ਉੱਤੇ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਨਾ ਸੰਗਤ ਜੀ, ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ, ਨੀਹਾਂ ਵਿੱਚ ਸਾਹਿਬਜ਼ਾਦਿਆਂ ਨੂੰ ਚਿਣ ਦਿੱਤਾ ਨਾ, ਉੱਥੇ ਤੁਰੰਤ ਸ਼ਹੀਦਾਂ ਦਾ ਪਹਿਰਾ ਲੱਗ ਗਿਆ। ਜਿਹੜਾ ਵੀ ਬੰਦਾ ਉੱਥੇ ਨਵਾਬ ਸੂਬੇ ਦੀ ਕਚਹਿਰੀ ਤਾਂ ਉਸੇ ਦਿਨ ਤੋਂ ਬਾਅਦ ਲੱਗਣੀ ਬੰਦ ਹੋ ਗਈ, ਖੰਡਰ ਬਣ ਗਏ। ਜਿਹੜਾ ਕੋਈ ਉੱਥੇ ਕਿਰਿਆ ਕਰਮ ਕਰਨ ਆਉਂਦਾ ਸੀ ਨਾ, ਸ਼ਹੀਦ ਸਿੰਘ ਸੋਟੇ ਮਾਰ ਸਲੋਤਰ ਮਾਰ ਮਾਰ ਕੇ ਉੱਥੋਂ ਬਾਹਰ ਕੱਢ ਦਿੰਦੇ ਸਨ, ਕਿਸੇ ਨੂੰ ਉਹ ਜਗ੍ਹਾ ਅਪਵਿੱਤਰ ਨਹੀਂ ਹੋਣ ਦਿੰਦੇ ਸਨ। ਇਹਨਾਂ ਸ਼ਹੀਦਾਂ ਨੇ ਸਾਹਿਬਜ਼ਾਦਿਆਂ ਦੀ ਪਵਿੱਤਰ ਰੱਤ ਡੁੱਲੀ ਦਾ ਸਤਿਕਾਰ ਕਾਇਮ ਰੱਖਿਆ, ਜਿੰਨਾ ਚਿਰ ਅਸਥਾਨ ਨਹੀਂ ਬਣ ਗਿਆ ਉੱਥੇ। ਇਹ ਪੰਥ ਪ੍ਰਕਾਸ਼ ਵਿੱਚ ਸਾਰਾ ਜ਼ਿਕਰ ਆਉਂਦਾ। ਭਾਈ ਰਤਨ ਸਿੰਘ ਜੀ ਭੰਗੂ ਭਾਈ ਸੁੱਖਾ ਸਿੰਘ ਜੀ ਦੇ ਪਰਿਵਾਰ ਵਿੱਚੋਂ ਸਨ, ਜਿਨ੍ਹਾਂ ਨੇ ਅੱਖੀਂ ਇਹ ਵਾਕਿਆਤ ਸਾਰੇ ਦੇਖੇ ਆ ਸਾਧ ਸੰਗਤ ਜੀ, ਪ੍ਰਾਚੀਨ ਸਿੰਘਾਂ ਦੇ ਸਮੇਂ। ਇਸ ਕਰਕੇ ਉੱਥੇ ਜਿਹੜੇ ਨਿਸ਼ਕਾਮੀ ਐਸੇ ਬ੍ਰਹਮ ਗਿਆਨੀ ਮਹਾਂਪੁਰਖ ਸ਼ਹੀਦ ਹੋ ਜਾਂਦੇ, ਉਹਨਾਂ ਦੇ ਸਥਾਨਾਂ ਦੀ ਪੂਜਾ ਸੰਸਾਰ ਆਪਣੇ ਆਪ ਕਰਦਾ, ਉਹਨਾਂ ਦਾ ਫੁਰਨਾ ਨਹੀਂ ਹੁੰਦਾ। ਜਿਨ੍ਹਾਂ ਦੀ ਇੱਛਾ ਰਹਿ ਜਾਏ ਉਹਨਾਂ ਦੀ ਵੀ ਪੂਜਾ ਇੱਥੇ ਵੀ ਹੁੰਦੀ ਹੈ, ਔਰ ਪਰਲੋਕ ਵਿੱਚ ਵੀ ਰੱਬ ਉਹਨਾਂ ਦੀ ਰੂਹ ਨੂੰ ਸਾਰੇ ਸੁੱਖ ਦਿੰਦਾ ਹੈ। ਬਿਬਦ ਬਿਦਨ ਕੇ ਬਿਬਦ ਜਥਾਏ ਔਰ ਗਨ ਬਿਰੰਗਨਾ ਸੇਵਤ ਆਏ, ਅਪਸ਼ਰਾ ਆ ਕੇ ਉਹਨਾਂ ਦੀ ਸੇਵਾ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੇ ਚਰਨਾਂ ਵਿੱਚ ਜਿਹੜੇ ਦੇਵਤਿਆਂ ਦੇ ਥਾਂ, ਉਹ ਉਹਨਾਂ ਸ਼ਹੀਦਾਂ ਨੂੰ ਸਾਰੇ ਸੁੱਖ ਵਾਲੇ ਸਵਰਗਾਂ ਵਿੱਚ ਪ੍ਰਾਪਤ ਹੁੰਦੇ ਆ। ਇਹ ਕਾਮਨਾ ਵਾਲਿਆਂ ਦੀ ਗੱਲ ਹੈ, ਜਿਨ੍ਹਾਂ ਦੀ ਇੱਛਾ ਰਹਿ ਗਈ ਨਾ ਸ਼ਹੀਦੀ ਹੁੰਦਿਆਂ ਵੀ ਸਾਨੂੰ ਐਸੇ ਐਸੇ ਸੁੱਖ ਪ੍ਰਾਪਤ ਹੋਣ। ਇਸਲਾਮ ਵਾਲੇ ਕਹਿੰਦੇ ਆ ਨਾ, ਤੁਸੀਂ ਧਰਮ ਦੀ ਖਾਤਰ ਵੀਰ ਗਤੀ ਨੂੰ ਸ਼ਹੀਦੀ ਨੂੰ ਪ੍ਰਾਪਤ ਕਰਕੇ ਤੁਹਾਨੂੰ ਸਵਰਗ ਲੋਕ ਦੀਆਂ ਹੂਰਾਂ ਮਿਲਣਗੀਆਂ, ਉੱਥੋਂ ਦੇ ਸੁੱਖ ਮਿਲਣਗੇ ਸਾਰੇ। ਇਹ ਇੱਥੇ ਵੀ ਜ਼ਿਕਰ ਆਇਆ, ਮਹਾਰਾਜ ਸਾਹਿਬ ਕਹਿ ਰਿਹਾ ਵੀ ਜਿਨ੍ਹਾਂ ਦੀ ਕਾਮਨਾ ਰਹਿ ਗਈ ਸ਼ਹੀਦੀ ਦੇਣ ਵੇਲੇ ਕਿ ਸਾਨੂੰ ਆਹ ਸੁੱਖ ਮਿਲੇ ਆਹ ਸੁੱਖ ਮਿਲੇ, ਮਹਾਰਾਜ ਮਾਤ ਲੋਕ ਦੇ ਵਿੱਚ ਨਹੀਂ ਉਹ ਰਹਿ ਸਕਦੇ, ਉਹਨਾਂ ਦੀਆਂ ਦੇਹਾਂ ਸ਼ਹੀਦੀ ਕਰਕੇ ਪਵਿੱਤਰ ਹੋ ਜਾਂਦੀਆਂ, ਫਿਰ ਉਹਨਾਂ ਦੀ ਰੂਹ ਦੀ ਤ੍ਰਿਪਤੀ ਲਈ ਮਹਾਰਾਜ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਸਵਰਗ ਲੋਕ ਦੇ ਵਿੱਚ ਉਹਨਾਂ ਨੂੰ ਪਰਮੇਸ਼ਰ ਭੇਜ ਦਿੰਦਾ। ਉੱਥੇ ਦੇਵਤਿਆਂ ਵਾਲੇ ਥਾਂ ਥਾਂ ਸਾਰੇ ਸੁੱਖ ਮਿਲਦੇ ਆ। ਸ਼ਾਮੀ ਕਰਕੇ ਮੰਦਰ ਵੀ ਸੋਨੇ ਦੇ ਮੰਦਰਾਂ ਵਿੱਚ ਰਹਿਣ ਵਾਸਤੇ ਨਿਵਾਸ ਪ੍ਰਾਪਤ ਹੁੰਦਾ ਹੈ। ਰਾਗ ਸੁਣਾਵੇ ਬਹੁ ਸੁਖ ਸੀਚ ਉਹਨਾਂ ਨੂੰ ਸੁੱਖ ਦੇਣ ਵਾਸਤੇ ਜਿਹੜੇ ਦੇਵਤਿਆਂ ਦੇ ਗੰਧਰਵ ਹੈ ਬੜੇ ਸੁੰਦਰ ਰਾਗ ਸੁਣਾਉਂਦੇ ਹਨ ਸੂਖਮ ਰੂਪ ਵਿੱਚ। ਆਦਿਕ ਸੁੱਖ ਅਨੇਕ ਪ੍ਰਕਾਰ ਅਨੇਕਾਂ ਤਰ੍ਹਾਂ ਦੇ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦੇ ਆ ਸੰਗਤ ਦੀ ਕਾਮਨਾ ਵਾਲਿਆਂ ਨੂੰ, ਜਿਨ੍ਹਾਂ ਦੀ ਇੱਛਾ ਰਹਿ ਗਈ ਸ਼ਹੀਦੀ ਦੇਣ ਵੇਲੇ। ਜੋ ਵੀ ਸ਼ਹੀਦ ਦੀ ਇੱਛਾ ਰਹਿ ਜੇ ਨਾ, ਰੱਬ ਉਹਦੀ ਪੂਰੀ ਕਰਦਾ। ਇਹ ਪਰਮੇਸ਼ਰ ਦੀ ਡਿਊਟੀ ਹੈ, ਪਰਮੇਸ਼ਰ ਦੀ ਜ਼ਿੰਮੇਵਾਰੀ ਹੈ, ਗੁਰੂ ਕੀ ਜ਼ਿੰਮੇਵਾਰੀ ਹੈ। ਜਿਸ ਧਰਮ ਲਈ ਜਿਹੜਾ ਬੰਦਾ ਸ਼ਹੀਦ ਹੋ ਗਿਆ
ਉਹਦੀ ਰੱਬ ਇੱਛਾ ਜ਼ਰੂਰ ਪੂਰੀ ਕਰਦਾ ਕਿ ਇਹਨੇ ਮੇਰੀ ਖਾਤਰ, ਧਰਮ ਦੀ ਖਾਤਰ, ਧਰਮ ਪਰਮੇਸ਼ਰ ਦਾ ਬਣਾਇਆ। ਤੁਸੀਂ ਕਹੋਗੇ ਕਿਵੇਂ, ਜਿਹੜਾ ਰੱਬ ਨੂੰ ਮੰਨਣਾ, ਉਹਦੀ ਹੋਂਦ ਵਿੱਚ ਯਕੀਨ ਰੱਖਣਾ, ਇਹੀ ਸਭ ਤੋਂ ਵੱਡਾ ਧਰਮ ਹੈ। ਰੱਬ ਵਿੱਚ ਜਿਹੜਾ ਬੰਦਾ ਵਿਸ਼ਵਾਸ ਨਹੀਂ ਨਾ ਰੱਖਦਾ ਉਹ ਅਧਰਮੀ ਆ, ਉਹ ਨਾਸਤਿਕ ਹੈ। ਜਿਹੜਾ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਦਾ ਉਹੀ ਧਰਮੀ ਹੈ। ਬਸ ਸੌਖਾ ਜਿਹਾ ਇਹ ਅਰਥ ਹੈ ਧਰਮ ਦਾ। ਧਰਮ ਦੀ ਵਿਆਖਿਆ ਬੜੀ ਗਹਿਰਾਈ ਵਿੱਚ ਟਲੀ ਜਾਂਦੀ ਹੈ। ਅਸਲੀ ਧਰਮ ਦੀ ਵਿਆਖਿਆ ਇਹ ਹੈ ਪਰਮਾਤਮਾ ਵਿੱਚ ਅਟਲ ਵਿਸ਼ਵਾਸ ਰੱਖਣਾ। ਜਿਹੜਾ ਰੱਖਦਾ ਉਹ ਧਰਮੀ ਹੈ, ਅਤੇ ਜਿਹਦੇ ਵਿੱਚ ਵਿਸ਼ਵਾਸ ਰੱਖਿਆ ਉਹਦੀ ਖਾਤਰ ਉਹਨੇ ਸ਼ਹੀਦੀ ਦੇ ਦਿੱਤੀ, ਤਾਂ ਉਹਨੂੰ ਫਿਕਰ ਹੈ ਉਹਨੇ ਉਹਦੀ ਇੱਛਾ ਪੂਰੀ ਕਰਨੀ ਕਰਨੀ ਹੈ ਰੱਬ ਨੇ, ਵਾਹਿਗੁਰੂ ਪਰਮੇਸ਼ਰ ਨੇ। ਕਿਉਂ ਉਹਨਾਂ ਦੀ ਇੱਛਾ ਪੂਰੀ ਕਰਦਾ, ਸਾਰੇ ਸੁੱਖ ਦਿੰਦਾ ਉਹਨਾਂ ਦੀ ਰੂਹ ਨੂੰ, ਵਾਹਿਗੁਰੂ ਪਰਮੇਸ਼ਰ ਸੂਖਮ ਦੇਹੀਆਂ ਨੂੰ ਆਦਿਕ ਸੁੱਖ ਅਨੇਕ ਪ੍ਰਕਾਰ, ਅਨੇਕਾਂ ਤਰ੍ਹਾਂ ਦੇ ਸੁੱਖ ਮਿਲਦੇ ਆ ਉਹਨਾਂ ਨੂੰ। ਫਿਰ ਸੁਰਤਨ ਹੋਵੇ ਰਹਿ ਸਵਰਗ ਮਝਾਰ, ਦੇਵਤਿਆਂ ਵਰਗੇ ਸੁੱਖ ਸਵਰਗ ਵਿੱਚ ਰਹਿ ਕੇ ਉਹਨਾਂ ਵਰਗੀਆਂ ਦੇਹੀਆਂ ਪ੍ਰਕਾਸ਼ ਰੂਪ ਉਹਨਾਂ ਨੂੰ ਸੁੱਖ ਮਿਲ ਜਾਂਦੀਆਂ ਹਨ। ਧਰਮ ਵੱਡੋ ਹੈ ਆਯੁਧ ਧਾਰੀ, ਸੂਰਮੇ ਦਾ ਸ਼ਸਤਰ ਧਾਰੀ ਦਾ ਇਹ ਵੱਡਾ ਧਰਮ ਹੈ ਉਹਦਾ ਅਸਲੀ। ਨਹਿ ਸਤਰਨ ਦਿਖਾਏ ਪਿਛਾਰੀ, ਵੈਰੀ ਨੂੰ ਕਦੇ ਪਿੱਠ ਨਾ ਦਿਖਾਵੇ, ਕਹਿੰਦੇ ਕੈਰ ਬਣ ਕੇ ਨਾ ਭੱਜੇ ਜੇ ਜੁੱਝਣ ਲੱਗ ਗਿਆ ਧਰਮ ਦੇ ਜੰਗ ਵਿੱਚ। ਦੋਨੋਂ ਲੋਕ ਸੂਰ ਭੁਜ ਤਰ, ਪਰ ਕਹਿੰਦੇ ਸੂਰਮੇ ਦੀਆਂ ਜਿਹੜੀਆਂ ਬਾਹਾਂ ਨਾ, ਇਹਨਾਂ ਬਾਹਾਂ ਦੇ ਥੱਲੇ ਦੋਨੋਂ ਲੋਕਾਂ ਦੇ ਸੁੱਖ ਸੂਰਮੇ ਦੇ ਅਧੀਨ ਹੈ। ਸੂਰਮੇ ਦੇ ਥੱਲੇ ਰਹਿੰਦੇ, ਉਹਦੀਆਂ ਬਾਹਾਂ ਦੇ ਥੱਲੇ। ਜੀਤੇ ਪ੍ਰਿਥਵੀ ਰਾਜ ਸੋ ਕਰ, ਵੈਰੀ ਨੂੰ ਜਿੱਤ ਲਿਆ ਤਾਂ ਧਰਤੀ ਦੇ ਉੱਤੇ ਰਾਜ ਕਰੇਗਾ ਸੂਰਮਾ, ਅਤੇ ਇਸ ਧਰਤੀ ਦਾ ਰਾਜ ਉਹਨੂੰ ਪ੍ਰਾਪਤ ਹੋਏਗਾ। ਸੂਰਮੇ ਜਿੱਤ ਲੈਂਦੇ, ਵੈਰੀ ਨੂੰ ਰਾਜ ਮਿਲ ਜਾਂਦਾ, ਰਾਜ ਪ੍ਰਾਪਤ ਕਰਦੇ ਆ। ਇਸ ਕਰਕੇ ਪ੍ਰਿਥਵੀ ਦੇ ਉੱਤੇ ਉਹ ਰਾਜ ਕਰਦੇ ਆ, ਜੇ ਵੈਰੀ ਨੂੰ ਜਿੱਤ ਲੈਂਦੇ ਆ ਜਿਉਂਦੇ ਜੀ। ਮਰੇ ਸਵਰਗ ਕੇ ਸੁੱਖ ਕੋ ਪਾਵੇ, ਜੇ ਕੋਈ ਜੰਗ ਵਿੱਚ ਸ਼ਹੀਦ ਹੋ ਗਿਆ, ਰਾਜ ਦੀ ਇੱਛਾ ਲੈ ਕੇ ਸਰੀਰ ਤਿਆਗ ਗਿਆ, ਫਿਰ ਮਹਾਰਾਜ ਕਹਿੰਦੇ ਰਾਜ ਤੁਲ ਸਵਰਗ ਦੇ ਸੁੱਖ ਪਰਮੇਸ਼ਰ ਉਹਨਾਂ ਦੀ ਆਤਮਾ ਨੂੰ ਦੇ ਦਿੰਦਾ। ਇਹ ਉਹਨਾਂ ਦੀ ਗੱਲ ਹੈ ਜਿਹਨਾਂ ਦੀ ਇੱਛਾ ਰਹਿ ਗਈ, ਵੀ ਰਾਜ ਮੰਗਦਾ ਸੀ ਸ਼ਹੀਦ ਹੋ ਗਿਆ, ਮਹਾਰਾਜ ਕਹਿੰਦੇ ਚੱਲ ਫਿਰ ਸਵਰਗ ਦੇ ਵਿੱਚ ਰਾਜ ਕਰ, ਉੱਥੇ ਰਾਜਿਆਂ ਵਰਗੇ ਸੁੱਖ। ਇੱਥੇ ਤਾਂ ਬੰਦਾ ਰਾਜਾ ਕਿਸੇ ਨੂੰ ਕਹੂਗਾ ਲਿਆ ਉਹ ਲਿਆ, ਉੱਥੇ ਤਾਂ ਮਨ ਵਿੱਚ ਫੁਰਨਾ ਹੀ ਹੁੰਦਾ, ਸਾਰੀਆਂ ਵਸਤੂਆਂ ਅੱਗੇ ਆ ਜਾਂਦੀਆਂ ਆਪਣੇ ਆਪ। ਮਨ ਦੇ ਫੁਰਨਿਆਂ ਨਾਲ ਉੱਥੇ ਸਾਰੇ ਸੁੱਖ ਪ੍ਰਾਪਤ ਹੁੰਦੇ ਹੈ, ਇੰਨੀ ਤੀਬਰ ਗਤੀ ਦੇ ਨਾਲ ਉੱਥੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਉਹਦੇ ਮਨ ਦੇ ਫੁਰਨੇ ਪਰਮੇਸ਼ਰ ਸਵਰਗ ਲੋਕ ਵਿੱਚ ਪੂਰੇ ਕਰ ਦਿੰਦਾ ਹੈ। ਚਾਮੀ ਕਰਕੇ ਸਦਨ ਵਸਾਵੇ, ਉਹ ਇੱਥੇ ਤਾਂ ਵਿਚਾਰਾ ਭਾਵੇਂ ਇੱਟਾਂ ਦੇ ਜਾਂ ਕੱਚੇ ਮਕਾਨਾਂ 'ਚ ਰਹਿੰਦਾ ਸੀ, ਉੱਥੇ ਪਰਮਾਤਮਾ ਨੂੰ ਸੋਨੇ ਦੇ ਮਹਿਲ ਦੇ ਦਿੰਦਾ ਹੈ ਘਰ। ਰੁਚਿਰ ਪਰਿਅੰਕਨ ਸੇਜ ਸੁਖਾਲੇ, ਮਨ ਪਾਉਂਦੀਆਂ ਸੇਜਾਂ ਮਿਲਦੀਆਂ ਹਨ ਜਿਹਨਾਂ ਉੱਤੇ ਆਰਾਮ ਨਾਲ ਬੈਠਦਾ ਅਤੇ ਆਰਾਮ ਕਰਦਾ ਹੈ। ਬਹੁਤੀਆਂ ਕੀਮਤੀ ਸੁੰਦਰ ਕੋਮਲ ਤੋਂ ਕੇਮਲ ਕੋਮਲ, ਭੋਗੇ ਭੋਗ ਆਨੰਦ ਵਿਸਾਲੇ, ਬਹੁਤ ਆਨੰਦ ਦੇ ਵਿੱਚ ਰਹਿੰਦਾ, ਸਾਰੇ ਸੁੱਖ ਭੋਗਦਾ ਹੈ। ਇਮ ਜਾਨੋ ਜੋਦਾ ਗਤ ਭਲੇ, ਇਹ ਗੁਰਸਿੱਖੋ ਭਾਈ ਕਾਲੋ
ਇਹ ਹੈ ਯੋਧਿਆਂ ਨੂੰ, ਸੂਰਮਿਆਂ ਨੂੰ, ਸ਼ਹੀਦਾਂ ਨੂੰ ਇਹ ਜੀਵਨ ਵਿੱਚ ਇਹ ਸੁੱਖ ਪ੍ਰਾਪਤ ਹੁੰਦੇ ਆ। ਇਹ ਉਹਨਾਂ ਦੀ ਗਤੀ ਹੈ, ਉਹਨਾਂ ਨੂੰ ਇਹ ਰਸਤਾ ਮਿਲਦਾ ਹੈ ਜੀਵਨ ਵਿੱਚ। ਸਮੁਖ ਲਹੇ ਤੇ ਸ਼ੁਭ ਪਦ ਮਿਲੇ, ਦੋ ਹੀ ਪੱਖ ਹੈ, ਸਾਹਮਣੇ ਰਹਿ ਕੇ ਜੰਗ ਵਿੱਚ ਜੂਟ ਗਿਆ ਰਾਜ ਮਿਲ ਜਾਏਗਾ, ਸ਼ਹੀਦ ਹੋ ਗਿਆ ਸਵਰਗ ਦਾ ਸੁੱਖ ਮਿਲੇਗਾ। ਜੇ ਕਾਮਨਾ ਤੋਂ ਰਹਿਤ ਹੈ, ਬਾਬਾ ਦੀਪ ਸਿੰਘ ਜੀ ਦੀ ਕੋਈ ਕਾਮਨਾ ਨਹੀਂ ਸੀ, ਬਾਬਾ ਗੁਰਬਖਸ਼ ਸਿੰਘ ਜੀ ਦੀ, ਸਾਹਿਬਜ਼ਾਦਿਆਂ ਦੀ ਨਹੀਂ, ਜਿਹੜੇ ਐਸੇ ਉੱਚ ਆਤਮਾ ਵਾਲੇ ਮਹਾਂਪੁਰਖ ਹਨ ਉਹਨਾਂ ਨੂੰ ਸ਼ੁਭ ਪਦ ਕੀ ਹੈ, ਉਹ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਜਾਂਦੇ ਹੈ। ਨਿਸ਼ਕਾਮ ਸੂਰਮਾ ਜਿਹੜਾ ਸ਼ਹੀਦੀ ਦਿੰਦਾ ਉਹ ਪਰਮੇਸ਼ਰ ਵਿੱਚ ਜਾ ਕੇ ਮਿਲ ਜਾਂਦਾ। ਇਹ ਸ਼ੁਭ ਪਦ ਉੱਤਮ ਤੋਂ ਉੱਤਮ ਜਿਹੜੀ ਪਦਵੀ ਹੈ ਇਹ ਉਸ ਸ਼ਹੀਦ ਨੂੰ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ। ਇਹ ਐਸਾ ਪਰਮ ਪਵਿੱਤਰ ਇਤਿਹਾਸ ਧੰਨ ਗੁਰੂ ਅਰਜਨ ਦੇਵ ਜੀ ਨੇ, ਸਾਧ ਸੰਗਤ ਜੀ, ਇਹ ਸਤਿਗੁਰੂ ਜੀ ਸੂਰਮ ਗਤੀ ਦਾ ਸੰਚਾਰ, ਸਿੱਖਾਂ ਨੂੰ ਸ਼ਸਤਰਧਾਰੀ ਬਣਾਉਣ ਦਾ ਉਪਦੇਸ਼ ਕਦੋਂ ਦੇ ਰਹੇ ਹੈ, ਜਦੋਂ ਅਜੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਜੇ ਅਵਤਾਰ ਵੀ ਨਹੀਂ ਹੋਇਆ। ਪਰ ਸਤਿਗੁਰੂ ਨੂੰ ਪਤਾ ਕਿ ਛੇਵੇਂ ਜਾਮੇ ਵਿੱਚ ਜ਼ਾਲਮ ਹਕੂਮਤਾਂ ਦੇ ਨਾਲ ਗੁਰੂ ਘਰ ਦੀ ਟੱਕਰ ਹੋਣੀ ਹੈ। ਇਸ ਕਰਕੇ ਮਹਾਰਾਜ ਸਾਰੀਆਂ ਤਿਆਰੀਆਂ ਅੱਗੋਂ ਹੀ ਕਰਾ ਰਹੇ ਸਨ, ਪਹਿਲਾਂ ਹੀ ਸਾਰੀਆਂ ਤਿਆਰੀਆਂ ਤਾਂ ਗੁਰੂ ਨਾਨਕ ਸਾਹਿਬ ਨੇ ਆਰੰਭ ਕਰਾ ਦਿੱਤੀਆਂ ਸਨ, ਜਦੋਂ ਕਹਿ ਦਿੱਤਾ ਸੀ ਏਮਨਾਬਾਦ ਦੀ ਧਰਤੀ 'ਤੇ ਬਾਬਰ ਨੂੰ ਜਾਬਰ, ਜਾਂ ਇਹ ਸ਼ਬਦ ਕਹਿ ਦਿੱਤੇ ਸਨ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਦਿੱਤਾ ਕਿਛ ਖਾਏ, ਇਹ ਤਿਆਰੀਆਂ ਗੁਰੂ ਸਾਹਿਬ ਨੇ ਪਹਿਲਾਂ ਆਰੰਭ ਕਰ ਦਿੱਤੀਆਂ ਸਨ। ਇਸ ਕਰਕੇ ਸਾਧ ਸੰਗਤ ਜੀ ਜ਼ੁਲਮ ਦਾ ਨਾਸ ਕਰਨ ਵਾਸਤੇ ਕੁਰਬਾਨੀਆਂ ਵਾਲੇ ਸਿੱਖ ਸਤਿਗੁਰੂ ਜੀ ਤਿਆਰ ਕਰ ਰਹੇ ਹਨ। ਸ਼ੂਰਮ ਜਿਹੜੇ ਲੋਕ ਕਹਿੰਦੇ ਆ ਨਾ ਵੀ ਛੇਵੇਂ ਪਾਤਸ਼ਾਹ ਵੇਲੇ ਜੰਗਾਂ ਯੁੱਧਾਂ ਦਾ ਦੌਰ ਚੱਲਿਆ, ਉਹ ਬੜਾ ਭੁਲੇਖੇ ਪਾਊ ਅਤੇ ਗੁੰਮਰਾਹ ਕੁੰਨ ਪ੍ਰਚਾਰ ਕਰਦੇ ਆ। ਸਾਧ ਸੰਗਤ ਜੀ ਧਰਮ ਦੀ ਰੱਖਿਆ ਸ਼ਹੀਦਾਂ ਤੋਂ ਬਿਨਾਂ, ਸੂਰਮਿਆਂ ਤੋਂ ਬਿਨਾਂ ਨਹੀਂ ਹੁੰਦੀ। ਮੂਰਖ ਬੰਦਾ ਕਦੋਂ ਸਮਝਦਾ, ਉਹਨੂੰ ਲੱਕ ਗਿਆਨ ਸੁਣਾਓ। ਜਿਹੜਾ ਮੂਰਖ ਬੰਦਾ ਹੰਕਾਰ, ਮੂਰਖ ਕਿਹਨੂੰ ਕਹਿੰਦੇ ਜਿਹਦੇ ਸਿਰ ਨੂੰ ਹੰਕਾਰ ਚੜ੍ਹਿਆ, 24 ਘੰਟੇ ਹੰਕਾਰ ਵਿੱਚ ਹੀ ਆਪ ਰਿਹਾ ਹੋਇਆ, ਹਕੂਮਤਾਂ ਦੇ ਸਿਰ 'ਤੇ ਹੰਕਾਰ ਹੀ ਚੜ੍ਹ ਕੇ ਬੋਲਦਾ ਨਾ, ਉਹਨਾਂ ਨੂੰ ਗਿਆਨ ਸੁਣਾਓ। ਕਹਿੰਦੇ ਜਾ ਗਾਂ ਤੂੰ, ਤੇਰੇ ਵਰਗੇ ਗਿਆਨੀ ਨੌਕਰ ਵਿਦਵਾਨ ਤਾਂ ਅਸੀਂ ਹਜ਼ਾਰਾਂ ਹੀ ਰੱਖੇ ਹੈ। ਔਰੰਗਜ਼ੇਬ ਦੀ ਕਚਹਿਰੀ 'ਚ 1400 ਵਿਦਵਾਨ 24 ਘੰਟੇ ਰਹਿੰਦਾ ਸੀ, ਪਰ ਹੰਕਾਰ ਨੇ ਉਹਦੇ ਕੋਲੋਂ ਕਿੱਡੇ ਕਿੱਡੇ ਜ਼ੁਲਮ ਅਤੇ ਪਾਪ ਕਰਾਏ, 9ਵੇਂ ਪਾਤਸ਼ਾਹ ਜੀ ਨੂੰ ਸ਼ਹੀਦ, ਸਾਹਿਬਜ਼ਾਦਿਆਂ ਨੂੰ ਸ਼ਹੀਦ। ਤੋ ਐਸੇ ਹੰਕਾਰੀ ਮੂਰਖ ਨੂੰ ਸਾਧ ਸੰਗਤ ਜੀ ਸ਼ਸਤਰਾਂ ਨਾਲ ਹੀ ਠੱਲ ਪਾਈ ਜਾ ਸਕਦੀ ਹੈ। ਸੂਰਮੇ ਹੀ ਇਹੋ ਜਿਹਿਆਂ ਦਾ ਮੂੰਹ ਤੋੜਦੇ ਹੈ, ਧਰਮ ਦੀ ਰੱਖਿਆ ਸੂਰਮੇ ਹੀ ਕਰਦੇ ਹੈ, ਸ਼ਹੀਦਾਂ ਦਾ ਸਤਿਕਾਰ ਤਨੋ ਮਨੋ ਰੋਮ ਰੋਮ ਕਰਕੇ ਕਰਨਾ ਚਾਹੀਦਾ। ਇਹ ਜਿਹੜੇ ਆਪਾਂ ਇੱਥੇ ਅੱਜ ਸੁੱਖ ਦੀ ਨੀਂਦ ਸੌ ਰਹੇ ਹਾਂ, ਸੁੱਖ ਨਾਲ ਗੁਰੂ ਘਰਾਂ ਵਿੱਚ ਬੈਠੇ ਸਤਸੰਗਤ ਦਾ ਆਨੰਦ ਮਾਣ ਰਹੇ ਹਾਂ, ਖਾਲਸਾ ਜੀ ਇਹ ਸ਼ਹੀਦਾਂ ਦਾ ਪਰਉਪਕਾਰ ਹੈ ਸਾਡੇ 'ਤੇ, ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਦੇ ਜਬਰ ਅਤੇ ਜ਼ੁਲਮ ਆਪਣੇ ਤਨ ਉੱਤੇ ਹੰਢਾ ਕੇ ਬੰਦ ਬੰਦ ਕਟਾ ਲਿਆ, ਧੜਾਂ ਨਾਲੋਂ ਸੀਸ ਵੱਖ ਕਰਾ ਲਏ, ਖੋਪਰੇ ਲੁਹਾ ਲਏ, ਸ਼ਹੀਦੀਆਂ ਦੇ ਦਿੱਤੀਆਂ, ਉਹਨਾਂ ਦੇ ਜ਼ੁਲਮਾਂ ਨੂੰ
ਠਾਲੀ ਨਹੀਂ ਪਾਈ, ਬਲਕਿ ਜ਼ਾਲਮਾਂ ਦੇ ਜ਼ੁਲਮ ਅੱਗੇ ਲੋਹੇ ਦੀ ਦੀਵਾਰ ਬਣ ਕੇ ਸ਼ਹੀਦ ਖੜ ਗਏ। ਜੇ ਸ਼ਹੀਦੀਆਂ ਨਾ ਦਿੰਦੇ ਅਸੀਂ ਕਿੱਥੋਂ ਹੋਣਾ ਸੀ ਅੱਜ। ਜਿਨ੍ਹਾਂ ਨੇ ਸ਼ਹੀਦੀਆਂ ਨਹੀਂ ਦਿੱਤੀਆਂ, ਔਰੰਗਜ਼ੇਬ ਨੇ ਸਵਾ ਸਵਾ ਮਣ ਜੰਜੂ ਉਹਨਾਂ ਦਾ ਲਾਹ ਕੇ ਭੇਡਾਂ ਵਾਂਗੂ ਮੁਸਲਮਾਨ ਬਣਾ ਲਿਆ ਸੀ ਕਿ ਨਹੀਂ ਬਣਾ ਲਿਆ ਸੀ ਉਹਨਾਂ ਨੂੰ? ਉਹਨਾਂ ਦਾ ਧਰਮ ਰਹਿਣ ਦਿੱਤਾ? ਇੱਕ ਇੱਕ ਦਿਨ ਵਿੱਚ ਸਵਾ ਸਵਾ ਮਣ ਜੰਜੂ ਲਾਇਆ। ਔਰੰਗਜ਼ੇਬ ਨੇ ਐਡਾ ਅੱਤਿਆਚਾਰ ਕੀਤਾ ਸਾਧ ਸੰਗਤ ਜੀ, ਜੇ ਗੁਰੂ ਨੌਵੇਂ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤਾਂ ਹਿੰਦੂ ਧਰਮ ਕਿੱਥੋਂ ਲੱਭਣਾ ਸੀ ਅੱਜ? ਜੇ ਸਾਡੇ ਸ਼ਹੀਦ ਕੌਮ ਦੀ ਖਾਤਰ ਕੁਰਬਾਨੀਆਂ ਨਾ ਕਰਦੇ ਤਾਂ ਸਾਡਾ ਧਰਮ ਵੀ ਅੱਜ ਨਜ਼ਰ ਨਹੀਂ ਆਉਣਾ ਸੀ ਦੁਨੀਆ ਵਿੱਚ। ਸਾਹਿਬਜ਼ਾਦੇ ਵਜੀਦੇ ਅੱਗੇ ਸਿਰ ਝੁਕਾ ਦਿੰਦੇ, ਕਹਿ ਰਿਹਾ ਸੀ ਆਪਣੀ ਪੁੱਤਰੀ ਦਾ ਡੋਲਾ ਵੀ ਦੇ ਦੂੰਗਾ, ਜਵਾਈ ਬਣਾ ਲਊਂਗਾ। ਸਿੱਧੀ ਗੱਲ ਤਾਂ ਇਹ ਹੈ। ਔਰ ਕਹਿ ਰਿਹਾ ਸੀ ਆਪਣੀ ਰਿਆਸਤ ਦਾ ਸਰਹੰਦ ਦਾ ਰਾਜ ਦੇ ਦਿੰਦਾ। ਇੱਥੇ ਵੀ ਨਹੀਂ ਤੁਸੀਂ ਮੰਨਦੇ, ਮੁਸਲਮਾਨ ਬਣ ਜਾਓ। ਔਰੰਗਜ਼ੇਬ ਨੂੰ ਕਹਿ ਕੇ ਦਿੱਲੀ ਦਾ ਤਖ਼ਤ ਵੀ ਦਵਾ ਦਿਆਂਗਾ, ਮੁਸਲਮਾਨ ਬਣ ਜਾਓ। ਜੇ ਸਾਹਿਬਜ਼ਾਦੇ ਈਨ ਮੰਨ ਜਾਂਦੇ ਆਪਾਂ ਅੱਜ ਕਿੱਥੇ ਹੋਣਾ ਸੀ? ਲੱਭਣਾ ਹੀ ਨਹੀਂ ਸੀ, ਮਸੀਤਾਂ ਵਿੱਚ ਵਾਂਗਾਂ ਦਿੰਦੇ ਹੋਣਾ ਸੀ। ਸੋ ਸਾਧ ਸੰਗਤ ਜੀ, ਇਹ ਸ਼ਹੀਦਾਂ ਦਾ ਪਰਉਪਕਾਰ ਹੈ, ਸ਼ਹੀਦਾਂ ਦੀ ਕਿਰਪਾ। ਉਹਨਾਂ ਨੇ ਤਰਸ ਕੀਤਾ ਸਾਡੇ ਉੱਤੇ, ਉਹਨਾਂ ਨੇ ਆਪਣੇ ਤਨ ਕੁਰਬਾਨ ਕੀਤੇ ਸਾਡੀ ਖਾਤਰ। ਅੱਜ ਅਸੀਂ ਦੁਨੀਆ ਦੇ ਕੋਨੇ ਕੋਨੇ ਵਿੱਚ ਬੈਠੇ ਗੁਰੂ ਨਾਨਕ ਸਾਹਿਬ ਜੀ ਦੇ ਝੰਡੇ ਝੁਲਾ ਰਹੇ ਹਾਂ। ਇਹ ਉਹਨਾਂ ਸ਼ਹੀਦਾਂ ਦੀ ਮਹਾਨ ਦੇਣ ਹੈ। ਸ਼ਹੀਦਾਂ ਨੂੰ ਨਾ ਭਾਈ ਕਦੇ ਵੀ ਭੁੱਲੀਏ। ਇੱਕ ਇੱਕ ਸ਼ਹੀਦਾਂ ਦੀ ਯਾਦ ਵਿੱਚ ਲੰਗਰ ਲਾਉਣ ਲੱਗਿਆਂ ਵੀ ਅਸੀਂ ਪੈਰ ਪਿੱਛੇ ਖਿੱਚਣ ਲੱਗ ਜਾਂਦੇ ਹਾਂ। ਸ਼ਹੀਦਾਂ ਦੀ ਯਾਦ ਵਿੱਚ ਜਿੰਨੀ ਸੇਵਾ ਕਰੋਗੇ, ਸ਼ਹੀਦਾਂ ਨੇ ਦੁੱਗਣਾ ਕਰਕੇ ਮੋੜਨਾ ਤੁਹਾਨੂੰ। ਤੁਹਾਡੇ ਨਗਰ ਦੀ ਸੰਗਤ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ 6 ਜੂਨ ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਵੀ ਲਾਉਣਾ ਅਤੇ ਡਟ ਕੇ ਸੇਵਾ ਵੀ ਕਰਨੀ ਹੈ। ਸਾਰੇ ਪਰਿਵਾਰਾਂ ਨੇ ਉੱਥੇ ਪਹੁੰਚ ਕੇ ਭਾਈ ਸੇਵਾ ਵਿੱਚ ਲੱਕ ਬੰਨ੍ਹ ਕੇ ਲੱਗਣਾ। ਇਹ ਸੇਵਾ ਅਸੀਂ ਸ਼ਹੀਦਾਂ ਦੀ ਕਰਨੀ ਹੈ। ਇੱਕ ਇੱਕ ਪੈਸਾ ਤੁਹਾਡਾ ਘਰਾਂ 'ਚੋਂ ਜਾਣਾ, ਤੁਹਾਡਾ ਅਨਾਜ ਦਾ ਇੱਕ ਇੱਕ ਕਿਣਕਾ ਜਾਣਾ, ਇਹ ਪਤਾ ਕਿਹਦੇ ਮੂੰਹ ਵਿੱਚ ਪੈਣਾ? ਇਹ ਗੁਰੂ ਕੇ ਮੁੱਖ ਵਿੱਚ ਪੈਣਾ। ਸੰਗਤ ਗੁਰੂ ਦਾ ਰੂਪ ਹੈ। ਸੰਗਤ ਦੁਆਰਾ ਤੁਹਾਡਾ ਭੇਜਿਆ ਹੋਇਆ ਸੇਵਾ ਦਾ ਤਿਲ ਫੁੱਲ ਸੰਗਤ ਜੀ ਸ਼ਹੀਦਾਂ ਦੇ ਮੁੱਖ ਵਿੱਚ ਪੈਣਾ, ਸ਼ਹੀਦਾਂ ਨੂੰ ਭੋਗ ਲੱਗਣਾ ਹੈ। ਇਸ ਕਰਕੇ ਦੀ ਮਹਾਨਤਾ ਨੂੰ ਸਮਝੋ ਮਨ ਵਿੱਚ। ਮਹਾਨਤਾ ਤੋਂ ਕੋਰੇ ਹਾਂ ਅਸੀਂ। ਜਿਨ੍ਹਾਂ ਨੂੰ ਮਹਾਨਤਾ ਦਾ ਪਤਾ ਨਾ, ਉਹ ਤਾਂ ਸਾਧ ਸੰਗਤ ਜੀ ਤਰਲੇ ਕਰ ਕਰਕੇ, ਬੇਨਤੀਆਂ ਕਰ ਕਰਕੇ ਸੰਗਤਾਂ ਨੂੰ ਲੰਗਰ ਛਕਾਉਂਦੇ ਹੈ, ਸੰਗਤਾਂ ਦੀ ਸੇਵਾ ਕਰਦੇ ਹੈ। ਇਸ ਕਰਕੇ ਆਪਣਾ ਫਰਜ਼ ਹੈ, ਸਾਰਾ ਨਗਰ ਲੱਕ ਬੰਨ੍ਹ ਕੇ ਇੱਕ ਲੱਤ ਦੇ ਭਾਰ ਹੋ ਕੇ ਉਸ ਲੰਗਰ ਵਿੱਚ ਡਟ ਕੇ ਸੇਵਾ ਸਾਰਾ ਦਿਨ ਕਰਨੀ, ਆਪਣਾ ਤਿਲ ਫੁੱਲ ਵੀ ਪਾਉਣਾ ਅਤੇ ਸਾਰੇ ਪ੍ਰਬੰਧਕ ਸਿੰਘਾਂ ਦਾ ਪੂਰਨ ਸਹਿਯੋਗ ਦੇਣਾ। ਇਹ ਬੇਨਤੀ ਤੁਸੀਂ ਪ੍ਰਵਾਨ ਕਰਨੀ। ਔਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਰੋਜ਼ਾਨਾ ਹੀ ਸਾਰਾ ਨਗਰ ਤੁਹਾਡਾ ਭਾਈ ਸਾਡਾ ਨਗਰ ਹੈ। ਕਿਉਂ ਨਗਰ ਹੈ? ਤੁਹਾਡੇ ਨਗਰ ਦਾ ਅਸੀਂ ਨਿਮਕ ਛਕਦੇ ਹਾਂ। ਜਿਹੜੀ ਤੁਸੀਂ ਜ਼ਮੀਨ ਜਥੇਬੰਦੀ ਨੂੰ ਦਿੱਤੀ ਹੈ, ਤੁਹਾਡਾ ਅੰਨ ਦਾਨ, ਤੁਹਾਡਾ ਅੰਨ ਰਿਜਕ ਸਾਡੇ ਕੋਲ ਪਹੁੰਚਦਾ। ਲੰਗਰ ਵਿੱਚ ਤੁਹਾਡੀ ਸੇਵਾ ਨਿਤਾ ਪ੍ਰਤੀ ਹੋ ਰਹੀ ਹੈ।
ਇਹ ਕੁਛ ਨਗਰ ਹੈ, ਮਹਿਤਾ ਨਗਰ ਹੋਇਆ, ਤੁਹਾਡੇ ਨਗਰ ਹੋਏ, ਬਲਕਿ ਤਾਂ ਸਾਰੇ ਹੀ ਸਾਡੇ ਨਗਰ ਹੈ, ਪਰ ਇਸ ਨਗਰ ਦੀ ਵੱਡੀ ਸੇਵਾ ਤੁਸੀਂ ਆਪਣੇ ਨਗਰ ਦੀ ਜ਼ਮੀਨ ਜਥੇਬੰਦੀ ਨੂੰ ਦਿੱਤੀ ਹੋਈ ਹੈ। ਤੁਹਾਡਾ ਸਦਾ ਹੀ ਲੰਗਰ ਦੇ ਵਿੱਚ ਉੱਥੇ ਹਿੱਸਾ ਪੈ ਰਿਹਾ, ਸੇਵਾ ਵਿੱਚ ਪੈ ਰਿਹਾ। ਇਸ ਕਰਕੇ ਸਾਨੂੰ ਤੁਹਾਡੇ 'ਤੇ ਹੋਰ ਵੀ ਵੱਡਾ ਮਾਣ ਹੈ। ਤੁਸੀਂ ਰੋਜ਼ਾਨਾ 1 ਜੂਨ ਤੋਂ ਲੈ ਕੇ 5 ਜੂਨ ਤੱਕ ਸ਼ਾਮ ਨੂੰ 4:30 ਤੋਂ 6:30 ਤੱਕ ਸ਼ਹੀਦੀ ਦੀਵਾਨਾਂ ਵਿੱਚ ਹਾਜ਼ਰੀ ਭਰਿਆ ਕਰਨੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ ਔਰ ਫਿਰ ਕਥਾ ਹੋਇਆ ਕਰੇਗੀ। ਸ਼ਹੀਦੀ ਦੀਵਾਨਾਂ ਵਿੱਚ ਹਾਜ਼ਰੀ ਲਵਾਉਣੀ ਹੈ ਔਰ 6 ਜੂਨ ਨੂੰ ਸਾਰਾ ਨਗਰ ਹੁੰਮ ਹਮਾ ਕੇ ਤੁਸੀਂ ਸਾਰਿਆਂ ਨੇ ਸ਼ਹੀਦੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪਹੁੰਚਣਾ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਮੈਂ ਸਾਰੇ ਨਗਰ ਦੀ ਸੰਗਤ ਦਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਪਤਵੰਤੇ ਸਿੰਘਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਬਹੁਤ ਹੀ ਸਨਮਾਨਯੋਗ ਜਥੇਦਾਰ ਸਰਦਾਰ ਗੁਰਮੀਤ ਸਿੰਘ ਜੀ, ਚੇਅਰਮੈਨ ਸਰਦਾਰ ਲਖਵਿੰਦਰ ਸਿੰਘ ਜੀ ਸੋਨਾ, ਸਰਦਾਰ ਗੁਰਲਾਲ ਸਿੰਘ ਜੀ, ਇਸੇ ਤਰ੍ਹਾਂ ਸਰਪੰਚ ਸਰਦਾਰ ਗੁਰਧਿਆਨ ਸਿੰਘ ਜੀ ਮਹਿਤਾ ਨਗਰ, ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵਾਲਾ ਨਗਰ, ਜਥੇਦਾਰ ਤਰਸੇਮ ਸਿੰਘ ਜੀ ਤਾਰਪੁਰ ਅਤੇ ਹੋਰ ਵੀ ਜਿੰਨੇ ਪਤਵੰਤੇ ਸਾਰੇ ਭਾਈ ਨਗਰ ਦੇ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸਾਡੇ ਪੱਤਰਕਾਰ ਵੀਰ ਬੁਮਰਾਹ ਸਾਹਿਬ ਆਏ ਆ, ਦੂਸਰੇ ਵੀ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਪਲੀਮੈਂਟ ਕੱਢ ਰਹੇ ਹਨ ਪੱਤਰਕਾਰ ਵੀਰ, ਇਹਨਾਂ ਦਾ ਵੀ ਆਪਾਂ ਸਹਿਯੋਗ ਦੇਣਾ ਵੱਧ ਚੜ੍ਹ ਕੇ। ਸੋ ਗੁਰੂ ਘਰ ਦੇ ਮੁੱਖ ਵਜ਼ੀਰ ਗਿਆਨੀ ਕੁਲਵੰਤ ਸਿੰਘ ਜੀ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਅਰਦਾਸ ਵਿੱਚ ਜੁੜੀਏ। ਉਪਰੰਤ ਸ਼੍ਰੀ ਮੁਖਵਾਕ ਸੁਣ ਕੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਅਗਲੇ ਸਮਾਗਮਾਂ ਦੀ, ਪ੍ਰੋਗਰਾਮਾਂ ਦੀ ਬੇਨਤੀ ਕਰਨਗੇ। ਉਹ ਬੇਨਤੀਆਂ ਵੀ ਤੁਸੀਂ ਧਿਆਨਪੂਰਵਕ ਸੁਣਨੀਆਂ ਹਨ। ਸ਼੍ਰੀ ਮੁਖਵਾਕ ਤੋਂ ਉਪਰੰਤ ਦੇਗ ਲੈ ਕੇ ਲੰਗਰ ਛਕ ਕੇ ਫਿਰ ਘਰਾਂ ਨੂੰ ਜਾਣਾ, ਜਦੋਂ ਸੱਚੇ ਪਾਤਸ਼ਾਹ ਆਪਣੇ ਸੁਖਾਸਨ ਅਸਥਾਨ 'ਤੇ ਬਿਰਾਜਮਾਨ ਹੋ ਗਏ। ਤੋ 30 ਤਰੀਕ ਨੂੰ 12 ਵਜੇ ਮੀਟਿੰਗ ਹੈ ਆਪਣੇ ਸਮੁੱਚੇ ਇਲਾਕੇ ਦੇ ਮੁਖੀ ਸਿੰਘਾਂ ਦੀ, ਜਿਹਦੇ ਵਿੱਚ ਲੰਗਰਾਂ ਦੀ ਅਤੇ ਹੋਰ ਪ੍ਰਬੰਧਾਂ ਦੀਆਂ ਡਿਊਟੀਆਂ ਲਾਈਆਂ ਜਾਣੀਆਂ। ਉਹਦੇ ਵਿੱਚ ਵੀ ਤੁਸੀਂ ਹੁੰਮ ਹਮਾ ਕੇ ਪਹੁੰਚਣਾ। ਸਾਰੀ ਸੰਗਤ ਨੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸਮੁਖ ਲਹੇ ਤੇ ਸ਼ੁਭ ਪਦ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ